ਉਹਦੀ ਲੜਕੀ ਇੱਕ ਪੱਖ ਤੋਂ ਮਾਪਿਆਂ ਦੇ ਹੱਕ 'ਚ ਰਹਿੰਦੀ ਹੈ, ਇਹ ਹੈ ਵੀ ਸੱਚ। ਸੁਦਰਸ਼ਨ ਨੇ ਕਿਹਾ ਸੀ ਪਿਤਾ ਸ਼ਹੀਦ ਕਰ ਪਹਿਲਾਂ, ਉਹਦੀ ਨਾ, ਪਿਤਾ ਤਾਂ ਗਦਾਰੀ ਦੇ ਦਾਗ ਲਾਊ, ਆਪਾਂ ਆਪਣੇ ਖੂਨ ਨਾਲ ਸਾਫ਼ ਕਰਾਂਗੇ। ਲੜਕੀ ਹਮੇਸ਼ ਮਾਪਿਆਂ ਦੇ ਹੱਕ 'ਚ ਵੱਧ ਹੁੰਦੀ ਹੈ, ਪੁੱਤ ਦਾੜੀ ਪੱਟਣਗੇ ਬਹੁਤੇ, ਧੀਆਂ ਘੱਟ। ਅਸੀਂ ਖੱਪਦੇ ਹਾਂ ਪੁੱਤਾਂ ਵਾਸਤੇ, ਸ਼ਾਇਦ ਦਾੜੀ ਪਟਾਉਣ ਵਾਸਤੇ, ਇਹ ਰੱਬ ਜਾਣੇ। ਧੀਆਂ ਦਾ ਪਿਆਰ ਘੱਟ, ਪੁੱਤਾਂ ਦਾ ਵੱਧ। ਪੁੱਤ ਵਫ਼ਾਦਾਰ 5%, ਧੀਆਂ 95%, ਇੰਨਾ ਅੰਤਰ ਹੈ ਇਹਨਾਂ 'ਚ। ਉਹ ਆਦੀ ਸ਼ਹੀਦ ਮੈਂ ਕਰ ਸਕਦੀ ਸੀ, ਲੇਕਿਨ ਧੀਆਂ ਵਾਲਾ ਜਿਹੜਾ ਦਰਜ਼ ਹੈ ਉਹ ਮਜਬੂਰ ਆ, ਉਹ ਗਦਾਰ ਆ ਮੇਰਾ ਪਿਤਾ ਜਿਹੜਾ, ਤੂੰ ਠੀਕ ਕਹਿੰਦੇ। ਇੱਕ ਘਰ 'ਚ ਦੋ ਪਾਰਟੀਆਂ ਰਹਿ ਸਕਦੀਆਂ ਨੇ। ਕਰਤਾਰ ਸਿੰਘ ਨੂੰ ਹਰਨਾਮ ਸਿੰਘ ਤੇ ਜਗਤ ਸਿੰਘ ਕਹਿੰਦੇ, ਉਹ ਬੱਚਿਆ ਇਹ ਕੁੜੀ ਨੂੰ ਠੁਕਰਾ ਨਾ, ਇਹਦਾ ਦਿਲ ਤੋਲਣ ਤੱਕ ਤੋਂ ਬਾਹਰ ਹੈ। ਸਾਡੇ ਕੋਲ ਕੋਈ ਪੈਮਾਨਾ ਨਹੀਂ, ਸਾਡੇ ਕੋਲ ਕੋਈ ਨਾਪ ਨਹੀਂ, ਕੋਈ ਤਰਾਜੂ ਨਹੀਂ, ਇਹ ਕੁੜੀ ਦਾ ਦਿਲ ਤੋਲ ਦੀਏ, ਇਹਨੂੰ ਜੋ ਕਹਿੰਦੀ ਆ ਸੱਤ ਹੈ। ਕਰਤਾਰ ਸਿੰਘ ਦੀ ਨੀਵੀਂ ਪੈ ਗਈ ਜਦੋਂ ਉਹਨੇ ਕਿਹਾ ਨਾ ਹੋ ਸਕਦਾ ਮੈਂ ਮੌਤ ਹੀ ਹੋਵਾਂ। ਕਰਤਾਰ ਸਿੰਘ ਕਹਿੰਦੇ ਇਹੋ ਜਿਹੇ ਬੰਦੇ ਕਈ ਵਾਰੀ ਮੰਜ਼ਿਲਾਂ ਤੋਂ ਗਾਹਾਂ ਹੀ ਮਿਲਦੇ ਹੈ, ਚੱਲਦੇ ਇਹਨੂੰ ਆਪਣਾ ਆਪ। ਛੇ ਗੋਲੀ ਵਾਲਾ ਫੜਾਤਾ, ਬੀਬੀ ਆ ਚੱਕ, ਇਹਨੂੰ ਕਹਿਣਾ ਹੈ ਕਬੂਤਰ, ਪਿਸਤੌਲ ਨੂੰ ਕਬੂਤਰ, ਰੌਂਦਾ ਨੂੰ ਕੁੱਕੜੀ ਦੇ ਅੰਡੇ, ਬੰਬ ਗ੍ਰਨੇਡ ਨੂੰ ਸ਼ਿਕਰਾ। ਅਸਲੇ ਦੇ ਨਾਂ ਸਾਰੇ ਬਦਲੇ ਹੋਏ ਸੀ, ਬਈ ਕੋਈ ਸੀ ਐਡੀ ਰਿਪੋਰਟ ਨਾ ਲੈ ਸਕੇ। ਸੁਰੈਣ ਕੌਰ ਬੀਬੀ ਕੋਲੋਂ ਟੁੱਡੀ ਵਾਲ ਤੋਂ ਬੰਬ ਗ੍ਰਨੇਡ ਲੈ ਕੇ ਆਉਣੇ ਆ, ਤੁਸੀਂ ਦੋਨਾਂ ਭੈਣ ਭਰਾਵਾਂ ਨੇ ਕੱਲ੍ਹ ਨੂੰ ਲੈ ਆਇਓ। ਪ੍ਰਣਾਮ ਕਰਕੇ ਨਕਸ਼ਾ ਲਿਖ ਕੇ ਪੰਨਾ ਕੇ ਜੇਲ੍ਹਖਾਨਾ ਲਾਹੌਰ ਦਾ ਵਾਅਦਾ ਕਰਕੇ ਤੁਰ ਗਏ ਘਰ ਨੂੰ। ਇਹਨਾਂ ਤਿੰਨਾਂ ਦੇ ਮੌਤ ਦੇ ਕਾਗਜ਼ ਵੀ ਆ ਗਏ। ਸੂਰਮਿਆਂ ਦੀ ਉਮਰ ਥੋੜ੍ਹੀ ਹੁੰਦੀ ਹੈ, ਰੱਬ ਦਾ ਗੁਨਾਹ ਹੈ। ਦੱਸਿਆ ਨਹੀਂ ਸ਼ਾਹ ਮਰਦੋਂ ਕਾ ਜੀਵਣਾ ਦਿਨ ਥੋੜ੍ਹੇ ਫਰਮਾਇਆ, ਘੱਟੇ ਉਮਰ ਹੁੰਦੀ ਹੈ ਮਰਦਾਂ ਦੀ, ਲੰਮੀ ਸਾਰੀ ਨਹੀਂ ਹੁੰਦੀ। ਪਤਾ ਧਨ ਰੱਬ ਕਿਹਨੂੰ ਦਿੰਦਾ? ਧਨ ਦੇਊਗਾ ਸੂਮ ਨੂੰ, ਦਾਨੀ ਦੇ ਭਾਗਾਂ 'ਚ ਧਨ ਨਹੀਂ ਹੁੰਦਾ। ਚੱਲ ਉਹ ਕੰਗਾਲ ਹੀ ਰਹੂ, ਜਿਹੜਾ ਦਾਨੀ ਹੈ ਪਿਓਰ ਦਾਨੀ ਕੰਗਾਲ ਰਹੂਗਾ, ਰੱਬ ਦਾ ਗੁਨਾਹ ਹੈ। ਜੇ ਕਹੀਏ ਪੱਥਰ ਕਦੇ ਨਰਮ ਹੋਜੂ, ਨਹੀਂ ਉਹ ਕਰੜ ਹੀ ਰਹੂ। ਜੇ ਕਹੀਏ ਸ਼ੇਰ ਦਇਆ ਕਰਜੂ, ਕਦੇ ਦਇਆ ਨਹੀਂ ਕਰਦਾ, ਉਹ 'ਚ ਦਇਆ ਹੁੰਦੀ ਹੋਈ ਨਹੀਂ, ਰੱਬ ਦੇ ਕਾਨੂੰਨ ਆਊਟ ਹੈ। ਕਈ ਲੋਕ ਕਹਿੰਦੇ ਰੱਬ ਦਾ ਕਸੂਰ ਨਹੀਂ, ਕਈ ਵਾਰੀ ਸੋਚਿਆ ਰੱਬ ਦੇ ਬਹੁਤ ਕਸੂਰ ਹੈ। ਸੂਰਮੇ ਦੀ ਉਮਰ ਛੋਟੀ, ਲੈ ਦੱਸੋ ਜੇ ਸੂਰਮੇ ਦੀ ਉਮਰ ਲੰਮੀ ਹੋਵੇ ਧਰਤੀ ਤੋਂ ਪਾਪ ਦਾ ਖਾਤਮਾ ਕਰ ਦੇਵੇ, ਲੇਕਿਨ ਉਮਰ ਨਹੀਂ ਵੱਡੀ ਹੁੰਦੀ ਸੂਰਮੇ ਦੀ। ਕਹਿੰਦੇ ਹੈ ਨਿਆਈ 'ਚ ਇੱਕ ਫਾਰਮ, ਰਸਾਲਦਾਰ ਗੰਡੇ ਸਿੰਘ ਦੀ ਕੋਠੀ, ਤਿੰਨੇ ਸਕੂਲ 'ਚੋਂ ਉੱਠ ਕੇ ਉੱਥੇ ਚਲੇ ਗਏ। ਕਲੀ ਕੀਤਾ ਚਿੱਟਾ ਚਿੱਟਾ ਮਕਾਨ, ਪਾਣੀ ਵਾਲੇ ਨਲਕੇ, ਤੂਤ ਲੱਗੇ, ਤਿੰਨੇ ਜਾ ਕੇ ਨਹਾਉਣ ਲੱਗ ਗਏ, ਹਰਨਾਮ ਸਿੰਘ, ਜਾਗਰ ਸਿੰਘ, ਕਰਤਾਰ ਸਿੰਘ। ਗੰਡਾ ਅੰਦਰੋਂ ਨਿਕਲਿਆ, ਉਹਨੇ ਦੇਖਿਆ ਬੰਦੇ ਕਿਸੇ ਹੋਰ ਇਲਾਕੇ ਦੇ, ਕਿਉਂਕਿ ਜੇਹਲਮ ਕਮ ਤੋਂ ਕਮ 750-700 ਕਿਲੋਮੀਟਰ ਹੈ ਇਹ ਧਰਤੀ ਤੋਂ, 450। ਉੱਥੋਂ ਦਾ ਸੀ ਉਹ ਗੰਡਾ ਬੇਈਮਾਨ, ਇਹਨਾਂ ਦੀ ਬੋਲੀ ਪਛਾਣ ਕੇ ਅੰਦਰ ਲੈ ਗਿਆ। ਹੌਲੀ ਹੌਲੀ ਉਹਨੇ ਸੋਚਿਆ ਇਹ ਕਰਤਾਰ ਸਿੰਘ ਹੈ, ਇਹਦਾ 5000 ਇਨਾਮ ਹੈ। ਅੰਗਰੇਜ਼ਾਂ ਦਾ ਹੁਕਮ ਸੀ ਕਰਤਾਰ ਸਿੰਘ ਨੂੰ ਫੜਾਓ, 5000 ਲੈ ਲਓ, ਅੱਜ ਦੇ 10 ਲੱਖ ਵਰਗ ਹੈ, ਉਦੋਂ ਵਾਲਾ 5000 ਬਹੁਤ ਬੜਾ ਇਨਾਮ ਸੀ। ਉਹ ਬੇਈਮਾਨ ਸੋਚੇ ਇਹਨੂੰ ਫੜਾ ਦਿਆਂ ਕਿਵੇਂ, ਚਾਹ ਦੁੱਧ ਪਿਲਾਇਆ। ਹੌਲੀ ਹੌਲੀ ਗੰਡੇ ਚੰਡਾਲ ਨੇ ਕਹਿਤਾ ਮੈਂ ਇੱਕ ਗਦਰੀ ਹਾਂ, ਜੇ ਮੈਨੂੰ ਕਰਤਾਰ ਸਿੰਘ ਮਿਲ ਜਾਂਦਾ ਮੈਂ ਉਹਨੂੰ ਬੰਬ ਗ੍ਰਨੇਡ ਦਿੰਦਾ, ਪਰ ਮਿਲਿਆ ਨਹੀਂ। ਕਰਤਾਰ ਸਿੰਘ ਨੇ ਕਿਹਾ ਉਹ ਕੁੜੀ ਲੈ ਕੇ ਆਵੇ, ਨਾ ਆਵੇ ਇੱਥੋਂ ਹੀ ਕੰਮ ਸਰ ਜੂ। ਉਹਨੇ ਆਪਦਾ ਹੁਲੀਆ ਸਾਫ਼ ਕਰਤਾ ਵੀ ਮੈਂ ਕਰਤਾਰ ਸਿੰਘ ਹਾਂ, ਇਹ ਹਰਨਾਮ ਸਿੰਘ ਹੈ, ਜਗਤ ਸਿੰਘ ਹੈ। ਚੰਡਾਲ ਨੇ ਤਿੰਨੇ ਘਰ ਰੱਖ ਲਏ, ਦੁੱਧ ਚਾਹ ਸੇਵਾ ਚਾਲੂ ਕਰਤੀ, ਠੱਗੀ ਦਾ ਜਾਲ ਵਿਛਾਤਾ। ਰਾਤ ਪੈ ਗਈ ਉੱਥੇ ਹੀ ਸੌਂ ਗਏ। 11 ਵਜੇ ਚੱਕਿਆ ਟੈਲੀਫੋਨ, ਜੇਲਮ ਤੋਂ ਆ ਕੇ ਲਾਹੌਰ ਨੂੰ ਕਰਤਾ। ਹਜ਼ਾਰਾਂ ਗੱਡੀ ਪੁਲਿਸ ਦੀ ਆਈ, ਉਹਨੇ ਕਹਿ ਦਿੱਤਾ ਵੀ ਸਾਰੀ ਪਾਰਟੀ ਦਾ ਹੈੱਡ ਗਦਰੀ ਕਰਤਾਰ ਸਿੰਘ ਸਰਾਭਾ ਅਤੇ ਹਰਨਾਮ ਸਿੰਘ ਜਗਤ ਸਿੰਘ ਮੇਰੇ ਘਰ ਪਏ ਹੈ। ਤੜਕੇ ਦੇ 3 ਵਜੇ ਨੂੰ ਸੈਂਕੜੇ ਗੱਡੀ ਮੀਲਾਂ 'ਤੇ ਲਾ ਕੇ, ਲੱਖਾਂ ਫੋਰਸ ਆ ਕੇ ਬਿਸ਼ਤਿਆਂ 'ਚੋਂ ਵੱਢ ਲਏ, ਸੁੱਤਿਆਂ ਪਿਆਂ ਨੂੰ ਹੱਥਕੜੀਆਂ ਲੱਗ ਗਈਆਂ। ਜਾਗਣ ਵੇਖਣ ਕੀ ਕਰਨ, ਗੱਡੀਆਂ 'ਚ ਧੱਕਦੇ, ਨਾਅਰੇ ਲਾਉਂਦੇ ਇਨਕਲਾਬ ਦੇ, ਸੂਰਮੇ ਦੇ ਦਿਲ ਨਹੀਂ ਟੁੱਟਦੇ ਹੁੰਦੇ, ਨਾਅਰੇ ਲਾਉਂਦੇ ਗੱਡੀਆਂ 'ਚ, ਸਿੱਧੇ ਸੈਂਟਰਲ ਜੇ ਲਾਹੌਰ 'ਚ ਜਾ ਸਿੱਟੇ। ਦਿਨ ਚੜ ਗਿਆ, ਮਾਸਟਰ ਦਲੀਪ ਨੇ ਸੋਚਿਆ ਬੀਬੀ ਜਾਊ ਬੰਬ ਗ੍ਰਨੇਡ ਲੈਣ ਜਾਊ, ਠੋਕਰਾਂ ਠੋਕਰਾਂ ਖਾਊ। ਪਹੁੰਚ ਗਿਆ ਬੀਬੀ ਕੋਲੇ, ਵੀਰੀ ਹੁਣ ਨਾ ਜਾਈ। ਉਹ ਆਦੀ ਕੀ ਗੱਲ, ਕਹਿੰਦਾ ਫੜਿਆ ਗਿਆ।
ਸਰਾਬਾ ਜੇਲ੍ਹਖਾਨੇ ਜਾ ਸਿੱਟਿਆ ਲਾਹੌਰ ਤਿੰਨੇ ਜਣੇ ਗੰਡਾ ਸਿੰਘ ਬੇਈਮਾਨ ਨੇ ਫੜਾਏ ਬੀਬੀਆਂ ਦੀ ਕੋਈ ਗੱਲ ਨਹੀਂ ਮਰਦਾਂ ਦੇ ਦਿਲ ਨਹੀਂ ਟੈਂਦੇ ਹੁੰਦੇ ਐ ਨਾਲ ਦੀ ਕੰਧ ਸਾਂਝੀ ਦੂਜੇ ਪਾਸੇ ਗੁਰਦੁਆਰਾ ਸਾਹਿਬ ਦੇਗ ਬਣਾਈ ਇਸ਼ਨਾਨ ਕਰਕੇ ਦੇਗ ਬਣਾ ਕੇ ਜਾ ਕੇ ਨਮਸਕਾਰ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਦੇਗ ਵਰਤਾਤੀ ਹੱਥ ਜੋੜ ਕੇ ਖੜ ਗਈ ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਅਰਦਾਸ ਹੈ ਮੇਰੀ ਰਸਾਲਦਾਰ ਗੰਡੇ ਦੀ ਛਾਤੀ ਭੰਨ ਕੇ ਖੂਨ ਪੀਵਾਂ ਤਾਂ ਮੈਂ ਤੇਰੀ ਸਿੰਘਣੀ ਆ ਤੇਰੀ ਸੇਵਾਦਾਰ ਹਾਂ ਅਰਦਾਸ ਕਰਤੀ ਮੈਂ ਵਤਨ ਨਹੀਂ ਆਜ਼ਾਦ ਕਰਾ ਸਕਦੀ ਮੈਂ ਉਹ ਵੈਰੀ ਦਾ ਖੂਨ ਪੀਣਾ ਚਾਹੁੰਦੀ ਹਾਂ ਜਿਹਨੇ ਦੇਸ਼ ਭਗਤ ਤਿੰਨੇ ਫੜਾਏ ਮੈਂ ਆਪਦੇ ਮਨ ਵਿੱਚ ਕਰਤਾਰ ਸਿੰਘ ਸਰਾਭੇ ਨੂੰ ਆਪਦਾ ਪਤੀ ਮੰਨਿਆ ਸੀ ਮੈਂ ਉਹਦੀ ਧਰਮ ਪਤਨੀ ਸੀ ਭਾਵੇਂ ਸਰਾਭੇ ਨੂੰ ਗਿਆਨ ਨਹੀਂ ਵੀ ਮੇਰੀ ਪਤਨੀ ਹੈ ਪਰ ਮੈਂ ਆਪਣੇ ਮਨ ਵਿੱਚ ਫੋਟੋ ਵੇਖ ਕੇ ਸਿਰ ਦਾ ਸਾਈਂ ਸਮਝ ਲਿਆ ਸੀ ਤੁਰਦੀ ਹੈ ਇੱਕ ਸੁਦਰਸ਼ਨ ਸਿੰਘ ਭਰਾ ਨੂੰ ਇੱਕ ਮਾਸਟਰ ਨੂੰ ਕਹਿ ਕੇ ਚੱਲੀ ਹੈ ਮੈਂ ਲਾਹੌਰ ਜਾਊਂ ਪਹਿਲਾਂ ਕਰੂੰ ਮੁਲਾਕਾਤ ਤੇ ਫਿਰ ਮੈਂ ਮਾਰੂੰ ਗੰਡਾ ਬੈਰੀ ਭਰਾ ਵੀ ਅਰਦਾਸਾਂ ਕਰਕੇ ਹੇ ਕਿਉਂ ਹੋ ਸੁਣ ਕੇ ਹਾਲ ਹੋ ਗਈ ਤੇਰੀ ਹੋ ਗਈ ਦਿਲ ਚੋਂ ਖਤਮ ਦਲੇਰੀ ਸੁਣ ਕੇ ਹਾਲ ਹੋ ਗਈ ਤੇਰੀ ਹੋ ਗਈ ਦਿਲ ਚੋਂ ਖਤਮ ਦਲੇਰੀ ਆ ਗਈ ਮੰਦੀ ਕਿਸਮਤ ਮੇਰੀ ਕੁਝ ਨਾ ਕਹਿ ਗਿਆ ਵੀਰੀ ਨੂੰ ਧੋਖਾ ਦੇ ਗਿਆ ਦਿਲ ਬਰ ਜਾਨੀ ਆਪਦੀ ਅਰਧ ਸਰੀਰੀ ਨੂੰ ਧੋਖਾ ਦੇ ਗਿਆ ਦਿਲ ਬਰ ਜਾਨੀ ਆਪਦੀ ਅਰਧ ਸਰੀਰੀ ਨੂੰ ਉਹ ਜ਼ੁਲਫਾਂ ਖੋਲ ਗਲੇ ਵਿੱਚ ਪਾਈਆਂ ਵੀਰ ਜਾਪੇ ਵਾਂਗ ਸੁਣਾਈਆਂ ਜ਼ੁਲਫਾਂ ਖੋਲ ਗਲੇ ਵਿੱਚ ਪਾਈਆਂ ਵੀਰ ਜਾਪੇ ਵਾਂਗ ਸੁਣਾਈਆਂ ਸਾਥੀ ਦੇਖ ਗਿਆ ਅੱਜ ਜਨਾਈਆਂ ਆ ਗਿਆ ਕਾਲ ਸਰਾਂਬੇ ਦਾ ਵੀਰੀ ਰੋ ਰੋ ਦਿੰਦੀ ਦਹਾਈਆਂ ਸੁਣ ਕੇ ਹਾਲ ਸਰਾਂਬੇ ਦਾ ਬੈਠੀ ਰੋ ਰੋ ਦਿੰਦੀ ਦਹਾਈਆਂ ਹੱਥਾਂ ਵਿੱਚ ਹੱਥ ਕਰੀਆਂ ਲਾ ਕੇ ਕੇਰੀ ਸ਼ੇਰ ਪਿੰਜਰੇ ਪਾ ਕੇ ਹੱਥਾਂ ਵਿੱਚ ਹੱਥ ਕਰੀਆਂ ਲਾ ਕੇ ਕੇਰੀ ਸ਼ੇਰ ਪਿੰਜਰੇ ਪਾ ਕੇ ਸੁੱਟਿਆਂ ਵਿੱਚ ਲਾਹੌਰ ਲਿਜਾ ਕੇ ਗਦਰੀ ਕਵੀ ਲਿਖਾਰੀ ਨੂੰ ਦਰਦੀ ਕੌਣ ਛਡਾਵੇ ਜਾ ਕੇ ਹੀਰੇ ਬਤਨ ਪੁਜਾਰੀ ਨੂੰ ਦਰਦੀ ਕੌਣ ਛਡਾਵੇ ਜਾ ਕੇ ਉਹਦੇ ਮੱਕੀ ਦਿਲ ਨੂੰ ਦਿਲ ਹੋੜਾ ਦਿਲ ਪਰ ਪਾ ਗਿਆ ਅੱਜ ਪਿਛੋੜਾ ਦੇ ਮੱਕੀ ਦਿਲ ਨੂੰ ਦਿਲ ਹੋੜਾ ਉਹ ਤਾਂ ਪਾ ਗਿਆ ਅੱਜ ਪਿਛੋੜਾ ਮਿਲਿਆ ਦੋ ਹੰਸਾਂ ਦਾ ਰੋੜਾ ਵੀਰ ਨਾਲ ਸਰਾਂਬੇ ਦਾ ਵੀਰੀ ਰੋ ਰੋ ਦਿੰਦੀ ਦਹਾਈਆਂ ਸੁਣ ਕੇ ਹਾਲ ਸਰਾਂਬੇ ਦਾ ਵੀਰੀ ਰੋ ਰੋ ਦੇਵੇ ਦਹਾਈਆਂ ਪੰਕ ਨੈਣੋ ਅੰਸੂ ਕਰੇ ਬੈਠਾ ਲਾ ਜਹਿਲਾ ਵਿੱਚ ਡੇਰੇ ਪੰਕ ਨੈਣੋ ਅੰਸੂ ਕਰੇ ਬੈਠਾ ਲਾ ਜਹਿਲਾ ਵਿੱਚ ਡੇਰੇ ਨਾ ਬਸ ਮੇਰੇ ਨਾ ਬਸ ਤੇਰੇ ਹੈ ਕਰਤੂਤ ਗਦਾਰਾਂ ਦੀ ਮੰਗਦੀ ਡੈਣੇ ਆਜ਼ਾਦੀ ਪੇਟਾ ਇਹ ਗਦਰੀ ਸਰਦਾਰਾਂ ਦੀ ਮੰਗੇ ਡੈਣੇ ਆਜ਼ਾਦੀ ਪੇਟਾ ਹੁਣ ਮੈਂ ਵਿੱਚ ਜੇਲ੍ਹ ਦੇ ਦਾਵਾਂ ਉੱਥੇ ਜਾ ਕੇ ਦਰਸ਼ਨ ਪਾਵਾਂ ਹੁਣ ਮੈਂ ਵਿੱਚ ਜੇਲ੍ਹ ਦੇ ਦਾਵਾਂ ਉਹਦੇ ਜਾ ਕੇ ਦਰਸ਼ਨ ਪਾਵਾਂ ਕਰਕੇ ਦਰਸ਼ਨ ਪਿਆਸ ਵਧਾਵਾਂ ਪੇਸ਼ ਜਮਾਲ ਸਰਾਂਬੇ ਦਾ ਪੀਰੀ ਰੋ ਰੋ ਦਿੰਦੀ ਦਹਾਈਆਂ ਸੁਣ ਕੇ ਹਾਲ ਸਰਾਂਬੇ ਦਾ ਬੈਠੀ ਰੋ ਰੋ ਦਿੰਦੀ ਦਹਾਈਆਂ ਸੱਜਣਾ ਪਾਚੋ ਕੀ ਚੱਕ ਜੀਣਾ ਔਖਾ ਟੁੱਟ ਸਬਰ ਦਾ ਪੀਣਾ ਸੱਜਣਾ ਭਾਜੋ ਕੀ ਚੱਕ ਜੀਣਾ ਔਖਾ ਕੁੱਟ ਸਬਰ ਦਾ ਪੀਣਾ ਮਾਲਕ ਤੂੰ ਕਰ ਸਕਦਾ ਕੀ ਨਾ ਉਜੜਿਆ ਦੇਸ਼ ਬਸਾ ਦੇ ਤੂੰ ਪਲਕ ਨਮਾਜ਼ ਕਹੇ ਜਗ ਤੈਨੂੰ ਪਲ ਵਿੱਚ ਚੱਲ ਕੇ ਦਿਖਾ ਦੇ ਤੂੰ ਪਲਕ ਪਲ ਵਿੱਚ ਚੱਲ ਕੇ ਨਮਾਜ਼ ਕਹੇ ਜਗ ਓ ਮੇਰੀ ਬਾਹਰ ਬਰਾੜਾ ਲਾ ਲੈ ਮੇਰਾ ਦਿਲ ਵਰ ਕੇ ਤਾਂ ਮਨਾ ਦੇ ਬੇੜੀ ਪਾਰ ਬਰਾੜਾ ਲਾ ਲੈ ਮੇਰਾ ਸੱਜਣ ਕੇ ਤੂੰ ਮਲਾ ਦੇ ਚੋਲੀ ਖੈਰ ਵਸਲ ਦੀ ਪਾਵੇ ਤੈਨੂੰ ਖਿਆਲ ਸਰਾਂਬੇ ਦਾ ਵੀਰੀ ਰੋ ਰੋ ਦਿੰਦੀ ਦਹਾਈਆਂ ਸੁਣ ਕੇ ਹਾਲ ਸਰਾਂਬੇ ਦਾ ਵੀਰੀ ਰੋ ਰੋ ਦਿੰਦੀ ਦਹਾਈਆਂ ਜਦ ਚੱਲੀ ਲਾਹੌਰ ਨੂੰ ਸ਼ੇਰ ਦਾ ਰੂਪ ਧਾਰ ਕੇ ਸੁਦਰਸ਼ਨ ਧੜਕ ਉੱਠਿਆ ਬੜਾ ਭਰਾ ਸੀ ਨਾ ਉਹਦਾ ਭੈਣੇ ਜਨਮ ਮੇਰਾ ਪਹਿਲਾਂ ਤੇ ਮੇਰੇ ਤੋਂ ਨੰਬਰ ਤੂੰ ਲੈ ਜੇ ਪਹਿਲਾਂ ਬਿਲਕੁਲ ਨਹੀਂ ਆਪਣੇ ਪਿਤਾ ਦੀ ਹਵੇਲੀ 'ਚ ਰਹਿ ਮੈਂ ਰੋਕਦਾ ਨਹੀਂ ਕਹਿੰਦਾ ਤੈਨੂੰ ਪਰ ਪਹਿਲਾਂ ਆਪਣੇ ਬਾਪ ਦਾ ਸੋਨਾ ਚਾਂਦੀ ਮੋਤੀ ਹੀਰੇ ਫੜਾ ਮੈਨੂੰ ਮੁਕੱਦਮਾ ਲੜੂ ਮੈਂ ਸਰਾਭੇ ਦੇ ਹੱਕ 'ਚ
शायद शराबा भरी हो जाए। वो कहिंदा तू तो गंडे नू मार दे, तेनू फांसी लग जे, बछोड़ा थोड़ा फिर भी पै गया। भैन दे हक च किन्ना भला भरा। कहिंदा मैं लड़ू मुकदमा, जे तां हो गया शराबा भरी कहता दोवें जने शराबे नू अरते नू छुट्टी है, गंडे बेईमान नू मारियो। जे शराबे नू लगी फांसी जिदे हुक्म हो गया तेरे कोले खबर मैं पचाऊं, फिर गंडा मारी, फिर मुलाकात करी। भैन नू रोकता, मजबूर करता, वचन मनना पिया, भी इंतजार कर फैसले दा। आप लाहौर पहुंच गया, वहां सैकड़े पंजाबी खड़ा, मुकदमा शुरू किया होया। वकील, दलील, अपील, जज तीन सी उस अदालत दे, एक शिमनरैन लाहौर दा पंडित, दो अंग्रेज टी बी एलस ते इरबिन, इरबिन टी बी एलस अंग्रेज, शिमनरैन लाहौर दा पंडित, तिने जजां दे पेश 30 बंदे होए। एक दिन सारे तो मूहरे शराबा खड़े, जजां दी कचहरी, जजां ने देखिया कोई जवान मुछां नूं ता दई खड़े, चौड़ी छाती वाले, लाल नेत्रां वाले ने, वो शराबा सारियां तो मूहरे पतला जा लम्मा जा, ते दाढ़ी मुछ है ना। अंग्रेजों नूं ऐ लगे भी जानी साडे देश दा बच्चा है कोई अंग्रेज है। वो अंग्रेज कहिंदे ए जवाक ने की बिगाड़िया हू किसी का, निक्का जा बच्चा है, ऐ नहीं पता उन्होंने कि यही है शराबा। उन्होंने तो क्या शराबा खबर है किड्डे किड्डे मशहरे वाला होगा, ऐना च हू मगर लिया च प्यारी लगी रूह शराबे। शिवनरायण पंडित नूं अंग्रेज कहिंदे दोवें पंडित जी जवाक नूं माफी दिओ, बेचारा फिर करांगे आपां, पर जवाक नूं ऐ कह दो भई हथ बन के माफी मंग ले, मैं गदरी नहीं, मेरी गलती कोई नहीं, भई एवें फड़ लिया पुलिस ने, हथ बन के माफी लेके ये तुर जे। शिवनरायण कहिंदा शुक्र है, जो पंडित सी ना पंजाबी छड़ तो सकता नहीं सी बिना अंग्रेजों के हुक्म तो, वो कहिंदा अंग्रेजों नूं पछाण नहीं भई यही गदरी है असली, कहिंदा छुट्टी देंदे अपना की हर्ज है। शराबे नूं कहिंदे पंडित पंजाबी भाषा च, पंजाबी अंग्रेज नहीं समझते, कुछ कहीं जाओ भमो उन्होंने। पुछमनरैन कहिंदा कहिंदा बई लड़के तेरे ते रहम आ गया इन्हां नूं, पर तैनूं जाण दे नहीं तू कौन है। अंग्रेज कोले बैठे पंजाबी भाषा च बोली जाते, शिवनरैन ये जान दे नहीं तू कौन है, तेरे ते हो गया रब राजी, हथ बन माफी मंग, बई मैं गदरी नहीं, अगे नूं गलती नहीं करता कोई, ना पहला कीती है, जा वग जा, केरा निकलिया शेर पिंजरे चो, जा निकल जा। शराबा कहिंदा पंडित जी जे मैं नीवी धौण करके माफी मंग के वग जा, धोखा दे जा, मेरा नौ काला हो जू दुनिया तो, फिर कि मैं जिंदा रहूं, अज नहीं कल मरूं, मरना सच जिउणा झूठ। पर शेरां दे बच्चे जे पिंजरिया च पाते घा नहीं खांदे, जे फांसियां दा झूटा मिल गया लखां शराबा पैदा कर दूं पंजाब की धरती ते, जे मैं जिंदा रहा मेरा नौ भी काला हो जू, मेरी पार्टी का किसी ने नौ नहीं लेना। पंडित जी मैं माफी नहीं मंगता, मैं सिर दे आऊंगा। आओ आज जोड़ी तो तुसी बयान सुनो माड़ा जा। करतार सिंह कहिंदा जिहड़े शमा दे परवाने हुंदे है वो आप तो सड़ जाते हैं, पर परवानिया च एक शमा पैदा होंदी है। सोचने वाली गल है, एक शमा तो दीपक नूं कहिंदे है, रोशनी लाइट नूं, अग्नि नूं, शमा परवाने नहीं पैदा करती, परवाने शमा नूं पैदा करदे। परवानिया की शमा तो लखां हिस्से कीमत वध है। जद एक शहीद हुंदा है फिर दुनिया के रोशनी वो शमा बन जाता है। लोग वह शमा से परवाने बन बन सड़ते, भी नीह पत्थर फलाने ने रखे सड़ो ये, शमा नहीं परवाने पैदा करती, परवाने शमा पैदा करते। आ कविता आएगी, करतार सिंह कहिंदा जिहड़ी शमा की गरज परवानिया नूं, जगह जगह से शमा जगा देंगे, परवाने शमा भालते फिरते है भी कितने जगती है। कहिंदा मैं हर दिल च जगा दूं, जिथे सारा खून डुलिया लखों शराबे पैदा कर दूं। सुनो कविता, करतार सिंह जजां दे सामने शिवनरैन पंडित नूं तिखा जवाब दिंदा है, मैं माफी नहीं मंगदा, मैनूं फांसी दिओ। ए इउं कहिंदे हाई आया जोहर शराबे दे रोम भर के, मेरी सोच दे माफी मंगा दे आंगे, पुत्र शेरां दे पिंजरिया विच पावे, असीं होश टेकणे ले
ਹੁੰਦਾ ਪਹਾੜਾਂ ਨੂੰ ਚੜਾ ਦਿੰਦੇ ਆ, ਲਹਿੰਦੇ ਵੱਲ ਪਾਣੀ ਆਉਂਦਾ ਮਰਦਾਂ ਦਾ ਉੱਪਰ ਨੂੰ ਚਲਿਆ ਜਾਂਦਾ, ਦੁਨੀਆਂ ਦੀ ਸਕੀਮ ਬਦਲ ਦਿੰਦੇ ਆ, ਲੋਕ ਕਿਸੇ ਹੋਰ ਰਾਹ ਜਾਂਦੇ ਆ, ਸ਼ਹੀਦ ਨਇਆ ਰਾਹ ਬੰਨ ਕੇ ਉੱਤੋਂ ਦੀ ਲੈਣ ਬਣਾ ਕੇ ਚਲਾ ਦਿੰਦੇ, ਇੱਧਰ ਚਲੋ ਭਾਈ ਚੱਲਣਾ ਪੈਂਦਾ ਵਤਨ ਨੂੰ। ਹੁਣ ਚੜ੍ਹਦੇ ਜਨ ਕਿਤੇ ਦੋ ਢਾਈ ਸੌ ਆਦਮੀ ਦੀ, ਪਤਾ ਹੁੰਦਾ ਵੀ ਰਾਹ 'ਚ ਬੈਠੇ ਹੋਣਗੇ ਬਾਬੇ, ਜੰਨਾਂ ਨੂੰ ਡੋਬੇ 'ਚ ਮਾਰ ਲੈਂਦੇ ਆ, ਬੜੋ ਭਾਈ ਨਾ ਉਹ ਮਾਘ ਦੇ ਮਹੀਨੇ ਤੇ ਹੋਰ ਗੋਤਾ ਲਾਓ ਉਸ ਮਾਰ ਕੇ, ਜੰਨਾ ਚੜ੍ਹਨ ਵਾਲੇ ਚੁੱਪ ਚਾਪ ਤੇ ਹੋ ਗਏ। ਕਾਰਨ ਕੀ? ਭਾਈ ਵਤਨ ਨੂੰ ਸਿੱਧਾ ਰਾਹ ਦੇਣੇ, ਮਰਦਾਂ ਨੂੰ ਜਗਾਉਣੇ। ਤੇ ਅਰਜ਼, ਵਤਨ ਦੇ ਕਈ ਪੁੱਠੇ ਸਿਸਟਮ ਹੈ, ਚਲੋ ਜੋ ਕੁਛ ਹੋਏਗਾ ਸਾਹਮਣੇ ਆਏਗਾ, ਦੇਖੋ ਨਜ਼ਾਰਾ ਮਰਦਾਂ ਦੇ ਪ੍ਰੋਗਰਾਮ ਦਾ। ਕਰਤਾਰ ਸਿੰਘ ਨੂੰ ਜੱਜ ਕਹਿੰਦੇ ਅੰਗਰੇਜ਼, ਕਹਿੰਦੇ ਸ਼ਿਵ ਨਰਾਇਣ ਜੀ ਇਹ ਜਵਾਕ ਜਾ ਕੀ ਕਹਿੰਦੇ। ਉਹ ਸ਼ਿਵ ਨਰਾਇਣ ਜਾਣ ਗਿਆ ਵੀ ਮੁਕਰਨਾ ਤਾਂ ਇਹਨੇ ਹੈ ਨਹੀਂ, ਬਰੀ ਇਹ ਹੁੰਦਾ ਨਹੀਂ, ਮਾਫ਼ੀ ਇਹ ਮੰਗਦਾ ਨਹੀਂ, ਹੁਣ ਤਾਂ ਸਿੱਧੇ ਹੀ ਹੋ। ਸ਼ਿਵ ਨਰਾਇਣ ਕਹਿੰਦਾ ਅੰਗਰੇਜ਼ੋ ਇਹ ਜਵਾਕ ਤਾਂ ਐਂ ਕਹਿੰਦੇ ਵੀ ਤਲਵਾਰ ਫੜਾਓ, ਦੋ ਤਾਂ ਹੁਣੇ ਸੋਧ ਦਿਆ ਰੁੱਟੇ ਜੇ, ਤੁਹਾਡਾ ਸਿਰ ਵੱਢਣ ਨੂੰ ਕਹਿੰਦਾ। ਅੰਗਰੇਜ਼ਾਂ ਦਾ ਕਹਿੰਦਾ ਪੈਰ ਤਾਂ ਕੱਢ, ਰੋ ਕੀ ਫਿਰ ਖੈਰ ਗੁਜ਼ਾਰਦਾ, ਮਜਬੂਰ ਕੀਤਾ ਸੀ। ਕਹਿੰਦਾ ਇਹ ਤਾਂ ਐਂ ਕਹਿੰਦਾ ਵੀ ਮਾਫ਼ੀ ਨਹੀਂ ਮੈਂ ਮੰਗਦਾ, ਸਿਰ ਵੱਢੂ ਤੁਹਾਡੇ ਦੋਹਾਂ ਦੇ। ਉਹ ਕਹਿੰਦੇ ਤੋਬਾ, ਅੰਗਰੇਜ਼ ਈਸਾਈ ਮੁਸਲਮਾਨ ਹੈ ਨਾ, ਤੋਬਾ ਤੋਬਾ ਕਰਦੇ, ਉੱਠ ਕੇ ਹਾਲ 'ਚੋਂ ਅੰਦਰ ਜਾਓ ਬੜੇ। ਕਹਿੰਦੇ ਖਬਰ ਹੈ, ਇਹ ਤਾਂ ਇਕੱਲਾ ਜਵਾਕ ਜਾਂ ਸਿਰ ਵੱਢਣ ਨੂੰ ਕਹਿੰਦੇ, ਆ ਤੀਹ ਖੜੇ ਆ ਮਗਰ, ਖਬਰ ਹੈ ਕਿਸੇ ਕੋਲ ਕੀ ਹੋਵੇ ਬੱਖੀ 'ਚ ਮਾਰਨ। ਉਹ ਆਦੇ ਐਂ ਕਰੋ, ਇਹਨਾਂ ਸਾਰਿਆਂ ਦੀ ਲਾਈਨ ਸਾਫ਼ ਕਰ ਦਿਓ। ਹੁਕਮ ਵੀ ਨੌਕਰਾਂ ਨੇ ਲਿਖੇ, ਸੱਤ ਨੂੰ ਫਾਂਸੀ, ਪਹਿਲੀ ਫਾਂਸੀ ਕਰਤਾਰ ਸਿੰਘ ਨੂੰ ਲਿਖੀ। ਵਤਨ ਦੇ ਉੱਤੇ ਫਿਰ ਲਓ ਦੇਸ਼ ਆਜ਼ਾਦੀ ਪਿੱਛੇ, ਪਹਿਲੀ ਫਾਂਸੀ ਕਰਤਾਰ ਸਿੰਘ ਸਰਾਭੇ ਨੂੰ ਆਈ। ਉਹ ਪਿੱਛੋਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਜਿੰਨੇ ਵੀ ਹੋਏ ਸਭ ਬਾਅਦ ਵਿੱਚ। ਪਹਿਲਾ ਸ਼ਹੀਦ ਵਤਨ ਦਾ ਸਰਾਭਾ ਲੁਧਿਆਣੇ ਘੰਟਾ ਘਰ ਕੋਲ ਖੜਾ ਹੈ, ਜੇ ਰੋਸ਼ਨੀ ਦੇ ਰਿਹਾ ਤੁਰੇ ਜਾਂਦੇ ਨੂੰ ਵੀ ਮਰਦੋ ਵਤਨ ਦਾ ਪਿਆਰ ਕਰੋ, ਬਈ ਕੁਰਸੀਆਂ ਛੱਡੋ। ਕੁਰਸੀ ਭਗਤ ਔਰ ਦੇਸ਼ ਭਗਤ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਨੇ। ਅੰਗਰੇਜ਼ਾਂ ਨੇ 23 ਬੰਦਿਆਂ ਨੂੰ ਕਾਲੇ ਪਾਣੀ, ਕਾਲੇ ਪਾਣੀ ਦੀ ਸਜ਼ਾ ਮੌਤ ਤੋਂ ਵੀ ਭੈੜੀ ਹੈ। ਸੁਦਰਸ਼ਨ ਨੂੰ ਫਿਕਰ ਪੈ ਗਿਆ, ਮੇਰੀ ਭੈਣ ਨੂੰ ਮੈਂ ਕਿਹਾ ਸੀ ਵੀ ਜੇ ਫਾਂਸੀ ਲੱਗੀ ਸਰਾਭੇ ਨੂੰ ਖਬਰ ਦੇਊਂਗਾ। ਇੱਕ ਮਾਈ ਗੁਲਾਬ ਕੌਰ ਉਹਨੂੰ ਚਿੱਠੀ ਦੇ ਦਿੱਤੀ, ਮਾਈ ਸਾਡੇ ਘਰ ਜਾ, ਮੇਰੀ ਭੈਣ ਨੂੰ ਆ ਪਰਚਾ ਫੜਾ। ਚੂੜੀਆਂ ਵੇਚਣ ਵਾਲੀ ਮੁਨਿਆਰੀ ਬਣ ਕੇ ਗੁਲਾਬ ਕੌਰ ਮਾਈ ਚਿੱਠੀ ਲੈ ਕੇ ਲਾਹੌਰ ਵਿੱਚੋਂ ਹਰਨਪੁਰ ਸੋਢੀਆਂ 'ਚ ਆ ਗਈ। ਪਰਚਾ ਦਿੰਦੀ ਫਿਰਦੀ, ਆਓ ਬਈ ਲੜਕੀਓ ਚੂੜੀਆਂ ਚੜਾ ਲਓ। ਬੀਬੀ ਵੀਰੀ ਕੋਲੜਾ ਲੈ ਕੇ ਨਿਕਲੀ ਨਹੀਂ, ਮਰ ਜਾਂ ਚੂੜੀਆਂ ਵਾਲੀ, ਵਤਨ ਤਾਂ ਗੁਲਾਮ ਤੋਂ ਚੂੜੀਆਂ ਚੱਕੀ ਫਿਰਦੀ ਹੈ। ਜਾਣਗੀ ਮਾਈ, ਕਹਿੰਦੀ ਇਹੀ ਹੋਊਗੀ। ਉਹ ਆਵਾਜ਼ ਦੇਦਾ, ਕੁੜੇ ਤੇਰੇ ਨੂੰ ਵੀਰੀ ਤਾਂ ਨਹੀਂ? ਉਹਦੀ ਹਾਂ ਤਾਂ ਮੈਂ ਵੀਰੀ ਹੋ। ਉਹ ਮਾਹੀ ਕਹਿੰਦੀ ਚੂੜੀਆਂ ਤੇਰੇ ਪੈਣੀਆਂ ਤਾਂ ਹੋਰ ਨਹੀਂ ਪੈਂਦੀਆਂ ਕਿਸੇ ਦੇ, ਆ ਜਾ ਅੰਦਰ। ਕੱਢ ਕੇ ਚਿੱਠੀ ਫੜਾਤੀ ਅੰਦਰ ਲਿਜਾ ਕੇ, ਆ ਵੇਖ ਤੇਰੇ ਭਰਾ ਦੇ ਦਸਖਤ। ਉਹ ਆਦੀ ਹਾਂ ਮਾਈ ਠੀਕ ਹੈ। ਕਹਿੰਦੀ ਫਿਰ ਮੈਂ ਚਿੱਠੀ ਲੈ ਕੇ ਆਈ ਹਾਂ, ਕਿਹੜੀਆਂ ਚੂੜੀਆਂ ਨੇ? ਕਰਤਾਰ ਸਿੰਘ ਨੂੰ ਫਾਂਸੀ ਹੈ ਪਰਸੋਂ ਨੂੰ, ਕੱਲ੍ਹ ਨੂੰ ਮੁਲਾਕਾਤ ਹੈ, ਤੇਰੇ ਵੀਰ ਦਾ ਹੁਕਮ ਹੈ ਵੀ ਹੁਣ ਆਪਣਾ ਮਰਜ਼ੀ ਦਾ ਕੰਮ ਕਰ, ਮੈਂ ਫਾਰਗ ਹਾਂ। ਟੈਚੀ ਕੇਸ ਕਰਤਾਰ ਸਿੰਘ ਸਰਾਭੇ ਵਾਲਾ ਵਿੱਚ ਪਿਸਤੌਲ ਅਤੇ ਰੌਂਦ ਲੈ ਕੇ ਰੇਲ ਚੜ੍ਹਦੀ ਹੈ। ਬਾਪ ਦੀ ਹਵੇਲੀ ਨੂੰ ਸਦਾ ਵਾਸਤੇ ਜਿੰਦਾ ਲਾਤਾ, ਭਰਾ ਪਹਿਲਾਂ ਗਦਰੀਆਂ 'ਚ ਹੈ, ਆਪ ਤਿਆਰੀ ਕਰਕੇ ਪਿੱਛੇ ਚੱਲ ਪਈ। ਬਾਪ ਉਹਦਾ ਜੇਲਮ ਦਾ ਡੀਸੀ ਦਾ ਚੇਲਾ ਸੀ, ਉੱਥੇ ਰਹਿ ਗਿਆ। ਹੁਣ ਉਹ ਮਟਿਆਰ ਰੇਲ ਚੜ੍ਹਦੀ ਹੈ। ਇੱਥੇ ਕਵਿਤਾ ਸਾਥੀ ਥੋੜ੍ਹੀ ਜਿਹੀ ਮਹਿੰਗੀ ਜੀ ਹੈ ਵੀ ਪਿਆਰੇ ਦੇ ਮਿਲਣੇ ਨੂੰ ਪੈਂਦੇ ਸੀਸ ਧੜੀ 'ਤੇ ਧਰਨ। ਉਹ ਕਹਿੰਦੇ ਸੁਰਮਾ ਪਾ ਬਹੁਤ ਲੈਂਦੇ ਆ, ਮਟਕਾਉਣਾ ਨਹੀਂ ਆਉਂਦਾ, ਇਹ ਵੀ ਸੱਚੇ ਹੈ। ਉਈ ਅੱਖਾਂ ਕਾਲੀਆਂ ਤਾਂ ਨਹੀਂ ਕਰਦੀਆਂ, ਉਹ ਸੁਰਮੇ 'ਚ ਕੋਈ ਜਜ਼ਬਾਤ ਹੈ, ਮਟਕਾਉਣਾ ਨਹੀਂ ਆਉਂਦਾ, ਪਾ ਲੈਂਦੇ ਹੈ। ਮੁਹੱਬਤ ਪ੍ਰੇਮ ਨੂੰ ਤੋੜ ਚੜਾਉਣਾ, ਇਹ ਸੂਲਾਂ ਦੀਆਂ ਛੇਜਾਂ ਨੇ, ਸੂਲਾਂ ਦੀਆਂ ਛੇਜਾਂ ਉੱਤੇ ਲੇਟਣੇ, ਤਲਵਾਰਾਂ ਦੀਆਂ ਨੋਕਾਂ 'ਤੇ ਨੱਚਣੇ। ਬੀਰੀ ਨੇ ਪਰਨ ਤਾਂ ਕਰ ਲਿਆ ਜਿੰਦ ਲਾਉਣ, ਪਰ ਫਿਰ ਵਗ ਚੱਲੀ, ਕਹਿੰਦੀ ਹੁਣ ਚੱਲ, ਪਹਿਲਾਂ ਤਾਂ ਕਰ ਦਰਸ਼ਨ ਕਰਤਾਰ ਸਿੰਘ ਸਰਾਭੇ ਦਾ ਜੇਲ 'ਚ ਲਾਹੌਰ, ਪਿੱਛੋਂ ਮਾਰਾਂਗੇ ਗੰਡੇ ਵੈਰੀ ਨੂੰ। ਹੁਣ ਤੁਰਨ ਲੱਗੀ, ਇੱਕ ਅਰਦਾਸ ਕਰਕੇ ਆਪਣੇ ਮਨ ਵਿੱਚ ਵੀ ਜਿਵੇਂ ਕਹਿੰਦੇ ਨੇ ਸੋਹਣੀ ਜੇ ਝਨਾ ਤੋਂ ਡਰ ਜਾਂਦੀ ਲੋਕ ਨਾਂ ਨਾ ਲੈਂਦੇ ਉਹਦਾ, ਜੇ ਥਲਾਂ 'ਚ ਨਾਂ ਡੁੱਬ ਤੜਫਦੀ ਨਾ ਸੱਸੀ, ਕਹਿੰਦੇ ਦੁਨੀਆਂ 'ਤੇ ਨਾਂ ਨਹੀਂ ਕੋਈ ਪੁੱਛਦਾ ਸੀ। ਇਸ਼ਕ ਵੀ ਕਰੋਸ਼ਨ ਮਨਾਰਾ, ਹਕੀਕੀ ਅਤੇ ਨੂਰੀ ਦੋ ਆਸ਼ਕ ਹੈ, ਹਕੀਕੀ ਰੱਬ ਦੇ ਆਸ਼ਕ
ਤੇ ਨੂਰੀ ਵਚਨ ਦੇ ਪੱਕੇ ਹਕੀਕੀ ਔਰ ਜਿਹੜੇ ਹੁੰਦੇ ਆ ਭਾਈ ਜਾਨੀ ਨੂਰੀ ਤਾਂ ਰੱਬ ਦੇ ਹਕੀਕੀ ਸੱਚੇ ਪ੍ਰੇਮ ਦੇ ਪੁਜਾਰੀ ਦੋ ਆਸ਼ਿਕ ਕਹਿੰਦੇ ਆ ਬਈ ਉਹ ਵੀ ਧੰਨ ਹੈ ਜਿਹੜੇ ਵਚਨ ਕਰਕੇ ਪਾਰ ਉਤਾਰ ਗਏ ਆਪਣਾ ਮੌਤ ਹੋ ਗਈ ਸਿਰ ਤੋਂ ਪਿਆਰਾ ਤਾਂ ਕੁਛ ਨਹੀਂ ਇੱਕ ਬੰਦੇ ਪਿੱਛੇ ਬੰਦੇ ਨੇ ਸਿਰ ਦੇ ਦੇਣਾ ਯਾਰ ਉਹ ਪਿੱਛੇ ਕੀ ਰਹਿ ਗਏ ਭਲਾ ਬਸ ਮੰਜ਼ਲ ਲੰਘੇ ਦੁਨੀਆ ਦੀ ਉਹ ਆਓ ਇੱਥੇ ਕਵਿਤਾ ਆਵੇਗੀ ਪਿਆਰੇ ਦੇ ਮਿਲਣੇ ਨੂੰ ਪੈਂਦਾ ਸੀ ਸਤਰੀ ਧਰਨਾ ਬੀਬੀ ਬੀਰੀ ਹੈ ਕਿਉਂ ਚੱਲੇ ਹਕਮੀ ਪਰਭੰਨੇ ਦਾ ਪਰ ਜਦ ਪੀਰੀ ਨੇ ਪੜਿਆ ਸ਼ੇਰਾਂ ਦੀ ਪੁੱਤਰੀ ਨੂੰ ਸੀ ਗਜਹਰ ਸ਼ਹੀਦੀ ਜੜਿਆ ਲਾ ਦੇ ਜਿੰਦ ਬਦਨਾ ਦੇ ਕੀ ਹੁਣ ਮੌਤ ਦੇਣ ਤੋਂ ਡਰਨਾ ਪਿਆਰੇ ਦੇ ਮਿਲਣੇ ਨੂੰ ਪੈਂਦਾ ਸੀਸ ਤਲੀ ਤੇ ਤਰਨਾ ਜ਼ਾਲਮ ਅੰਗਰੇਜ਼ਾਂ ਨੇ ਪੁੰਨੂ ਸੀ ਕਬਜ਼ੇ ਵਿੱਚ ਕਰਿਆ ਬਾਹੋਂ ਦਾ ਭੱਜ ਤੁਰੀ ਸੁਣ ਕੇ ਨਾ ਸਸਤੀ ਜੋ ਜਰਿਆ ਬਿਨ ਸਿਦਕ ਸਬੂਰੀ ਤੋਂ ਬਿਨ ਸਿਦਕ ਸਬੂਰੀ ਤੋਂ ਔਖਾ ਬਿਨ ਮੌਤ ਤੋਂ ਮਰਨਾ ਪਿਆਰੇ ਦੇ ਮਿਲਣੇ ਨੂੰ ਪੈਂਦਾ ਸੀਸ ਤਲੀ ਤੇ ਤਰਨਾ ਨੂਰੀ ਅਲਾਹੀ ਨੂੰ ਸੂਰਤ ਨਾ ਸੋਹਣੀ ਦੀ ਭੁੱਲੀਆ ਉਹ ਛੱਡ ਪਲਖ ਪਖਾਰੇ ਨੂੰ ਪਾਲੀ ਪਾਰ ਚਨਾ ਤੋਂ ਕੁੱਲੀ ਲਿਖਿਆ ਵਿੱਚ ਲੇਖਾਂ ਦੇ ਡੁੱਬ ਕੇ ਵਿੱਚ ਤਲਾਂ ਦੇ ਮਰਨਾ ਡੁੱਬ ਕੇ ਵਿੱਚ ਜਲਾਂ ਦੇ ਮਰਨਾ ਪਿਆਰੇ ਦੇ ਮਿਲਣੇ ਨੂੰ ਪੈਂਦਾ ਸੀਸ ਤਲੀ ਤੇ ਤਰਨਾ ਮਸਤਰ ਵੇਦ ਜ਼ਮੇ ਪੈਂਦੀ ਪੁੱਠੀ ਖੱਲ ਲਹਾਉਣੀ ਏ ਰਸ਼ਮ ਆਸ਼ਕਾਂ ਦੀ ਲਿਖੇ ਜਿੰਦ ਯਾਰ ਦੇ ਲਾਉਣੀ ਮੈਂ ਗਦਰ ਪਾਰਟੀ ਦਾ ਰੋਸ਼ਨ ਨਾ ਦੁਨੀਆ ਤੇ ਕਰਨਾ ਪਿਆਰੇ ਦੇ ਮਿਲਣੇ ਨੂੰ ਪੈਂਦਾ ਸੀਸ ਤਲੀ ਤੇ ਧਰਨਾ ਸੂਲੀ ਮਨਸੂਰ ਚੜੇ ਲਾ ਕੇ ਐਨ ਲਹਕਦਾ ਨਾਰਾ ਹੋ ਵਾਪਸ ਨਾ ਮੁੜਦੇ ਜਿਨਾਂ ਵੇਖਿਆ ਪ੍ਰੇਮ ਨਜ਼ਾਰਾ ਏ ਮਰਜ ਹਕੀਕਤ ਦੀ ਔਖਾ ਵੇਖ ਵਿਛੋੜਾ ਜਰਨਾ ਪਿਆਰੇ ਦੇ ਮਿਲਣੇ ਨੂੰ ਪੈਂਦਾ ਸੀਸ ਤਲੀ ਤੇ ਤਰਨਾ ਸਿਦਕੋ ਨਾ ਡੋਲੇ ਨੇ ਦਿਨ ਪੀਤੇ ਪ੍ਰੇਮ ਪਿਆਲੇ ਉਸ ਰਿਆਰੇ ਚੱਲ ਗਏ ਫਕਰ ਦੇ ਗਾਹ ਵਿੱਚ ਉਮਾਲੇ ਕਰ ਮੌਤ ਕਬੂਲ ਗਏ ਦਰਸ਼ਨ ਕਰੇ ਬਾਜ ਨਹੀਂ ਸਰਨਾ ਪਿਆਰੇ ਦੇ ਮਿਲਣੇ ਨੂੰ ਪੈਂਦਾ ਸੀਸ ਤਲੀ ਤੇ ਤਰਨਾ ਇਹ ਸ਼ਹਿਰ ਬਰਾੜ ਕਹੇ ਪੀਰ ਹੋ ਚੱਲੀ ਮਤਵਾਲੀ ਉਹ ਪੀ ਕੇ ਮੈਂ ਖਾਨੇ ਜੋ ਚੱਲੀ ਪਾਕ ਮੁਹੱਬਤ ਵਾਲੀ ਉਹ ਬਾਬੂ ਸਿਆ ਜੀਤ ਕਹੇ ਆਉਣਾ ਮੁੜ ਬਾਬਲ ਦੇ ਕਰਨਾ ਪਿਆਰੇ ਦੇ ਮਿਲਣੇ ਨੂੰ ਪੈਂਦਾ ਸੀਸ ਤਲੀ ਤੇ ਤਰਨਾ ਇਸ਼ਕ ਦੇ ਪ੍ਰੇਮ ਦੀ ਪਿਆਲੀ ਪੀ ਕੇ ਰੇਲ ਚੜ ਕੇ ਬੀਬੀ ਬੀਰੀ ਲਾਹੌਰ ਨੂੰ ਵਗ ਚੱਲੀ ਐਂ ਦੱਸਿਆ ਸਿਦਕਾਂ ਦੇ ਪੱਕੇ ਭਾਵੇਂ ਆ ਰਿਹਾ ਥੱਲੇ ਬਹਿ ਗਏ ਦੋ ਫਾੜ ਕਰਤੇ ਚੀਰ ਕੇ ਮਤੀ ਦਾਸ ਵਰਗੇ ਜਪਜੀ ਸਾਹਿਬ ਦਾ ਪਾਠ ਹੀ ਨਹੀਂ ਬੰਦ ਹੋਇਆ ਆਰਾ ਚੀਰੀ ਜਾਂਦਾ ਉਹ ਸ਼ੁਕਰ ਮਨਾਉਂਦੇ ਆ ਬੈਠੇ ਜਿਹੜੇ ਨੂਰੀ ਆਸ਼ਕ ਹੈ ਉਹਦੀ ਮੰਜ਼ਿਲ ਉੱਚੀ ਹੈ ਇੱਕੋ ਤੋਂ ਥੱਲੇ ਆ ਮੰਜ਼ਿਲ ਹਕੀਕੀ ਆਸ਼ਕਾਂ ਦੀ ਉਹ ਵੀ ਕੁਛ ਕੰਮ ਦੀ ਹੈ ਜੇ ਮੈਂ ਦੱਸਿਆ ਵੀ ਸਮਸਤਰ ਵੇਜ ਦੀ ਪੁੱਠੀ ਖੱਲ ਲਾਤੀ ਸ਼ਬਦ ਨਹੀਂ ਬੰਦ ਕੀਤਾ ਇਹਨਾਂ ਹੱਕੇ ਬੋਲੀ ਗਏ ਮਨਸੂਰ ਵਰਗੇ ਭਾਈ ਭਾਵੇਂ ਉਹ ਦੇਗਾਂ 'ਚ ਉੱਬਲ ਗਏ ਚਰਖੜੀਆਂ 'ਤੇ ਚੜ੍ਹ ਗਏ ਨੂਰੀ ਆਸ਼ਕ ਔਰ ਹਕੀਕੀ ਉਹ ਡਾਚੀ ਦੀ ਪੈੜ ਪਿੱਛੇ ਵਰਗੇ ਬਜਿੱਦਰ ਨੂੰ ਜਾਂਦੇ ਥਲਾਂ 'ਚ ਉਹਦੇ ਪਿੱਛੇ ਤੁਰੇ ਗਏ ਕਿਸੇ ਕੀਮਤ ਦੀ ਗੱਲ ਹੈ ਝਨਾ ਵਿੱਚ ਡੁੱਬ ਕੇ ਮਰ ਜਾਣਾ ਕੋ ਮੁੱਲ ਪਿਆ ਰਾਂਝੇ ਹੀਰ ਦੀਆਂ ਕਬਰਾਂ ਇਕੱਠੀਆਂ ਨੇ ਮਰਤਾ ਗਏ ਨੇ ਇੱਕ ਬੰਦੇ ਪਿੱਛੇ ਬੰਦਾ ਹਾਂ ਮੈਂ ਅੱਗੇ ਵੀ ਇੱਕ ਦੋ ਵਾਰੀ ਬੋਲਿਆ ਹੋਊਗਾ ਜਿਹੜਾ ਰਾਂਝ ਮਿਰਜ਼ਾ ਤੇ ਸਾਹਿਬ ਹੈ ਇਹ ਲੋਕਾਂ ਨੇ ਫਜੂਲ ਲਗਾਇਆ ਕੋਈ ਸਾਬਤੀ ਨਹੀਂ ਸੀ ਇਹਨਾਂ 'ਚ ਦੋਨਾਂ 'ਚ ਇਹਨਾਂ ਨੂੰ ਐਵੇਂ ਚੱਕ ਲਿਆ ਲੋਕਾਂ ਨੇ ਗਾਉਣ ਵਾਲੇ ਨੇ ਤਾਂ ਕੀਮਤ ਕੋਈ ਨਹੀਂ ਜੇ ਆਪਾਂ ਖੋਜੀਏ ਇਹਨੂੰ ਜਵਾਨੀ ਦਾ ਤਾਂ ਮੁੰਡਾ ਸੀ ਮਿਰਜ਼ਾ ਚਵਾਨੀ ਦੀ ਕੁੜੀ ਸਾਹਿਬਾ ਕਰਤੂਤ ਕੋਈ ਨਹੀਂ ਸੀ ਕੰਮ ਦੀ ਉਹ ਪਿੰਡੋਂ ਕਿਤੇ ਭੂਆ ਕੋਲੇ ਰਹਿੰਦਾ ਸੀ ਨਿਕਲ ਕੇ ਤੁਰ ਚੱਲੇ ਰਾਤ ਨੂੰ ਆਹੀ ਕੰਮ ਸੀ ਬਸ ਉਹਨਾਂ ਦਾ ਉਹ ਮੁੰਡੇ ਪਿੰਡ ਦੇ ਉੱਠੇ 12-13 ਚੰਦੜ ਸਾਹਿਬਾਂ ਦੇ ਭਰਾ ਉਹਨਾਂ ਨੇ ਘੇਰ ਲਿਆ ਮਿਰਜ਼ਾ 4 ਕਿੱਲੇ ਨਹੀਂ ਗਿਆ ਅਜੇ ਉਹ ਟਾਇਰ ਟੁੱਟੀ ਜੀ ਬੱਕੀ ਮਿਰਜ਼ੇ ਵਾਲੀ ਉਹ ਦੋ ਨੂੰ ਚੱਕ ਨਾ ਸਕੇ ਬਾਂਡੀ ਜੀ ਸੀ ਉਹ
ਉਹ ਤੁਰ ਨਾ ਸਕੀ ਪਿੰਡ ਦੇ ਮੁੰਡੇ ਨੇ ਰਾਹ 'ਚ ਘੇਰ ਲਿਆ ਦੇ ਟੰਬਾ ਕੁੱਟ ਕੇ ਢੂਹਾ ਤੋੜਤਾ ਚਾੜਾਂ 'ਚ ਦੇਤਾ ਦੋ ਮਾਰੇ ਗੁੱਤਨੀ 'ਚ ਕੁੜੀ ਦੇ ਘਰ ਨੂੰ ਮੋੜ ਲੈਂਦੀ ਲੈ ਗੱਲ ਸਾਰੀ ਹੋਈ ਬੀਬੀ ਬੀਰੀ ਮਤਵਾਲੀ ਹੋ ਕੇ ਲਾਹੌਰ ਦੀ ਜੇਲ੍ਹ 'ਚ ਜਾ ਵੜੀ ਪਰ ਕਹਿੰਦੇ ਨੇ ਟਾਈਮ ਲੇਟ ਹੋ ਗਿਆ 8 ਵੱਜ ਗਏ ਰਾਤ ਦੇ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਸੀ ਜੇਲ੍ਹ ਦਾ ਗੇਟ ਬੰਦ ਹੋ ਗਿਆ 8 ਵਜੇ ਪਹੁੰਚੀ ਕਿਉਂਕਿ 120 ਮੀਲ ਜੇਲ੍ਹ ਤੋਂ ਲਾਹੌਰ ਪੈਂਦਾ ਯਾਨੀ 250 ਕਿਲੋਮੀਟਰ ਦੇ ਕਰੀਬ ਹੈ ਉਹ ਵਿਚਾਰੀ ਲੇਟ ਹੋ ਗਈ ਪੈਸੰਜਰ ਰੇਲਾਂ ਮਿਲੀਆਂ ਦਿਨ ਨੂੰ ਜਦ ਆਈ ਦਰਵਾਜ਼ੇ 'ਤੇ ਗੇਟ ਬੰਦ ਹੋ ਗਿਆ ਜੇਲ੍ਹ ਖਾਨੇ ਦਾ ਇੱਕ ਸਿਪਾਹੀ ਚੰਗਾ ਮਰਦ ਪੰਜਾਬੀ ਅਤੇ ਮਸ਼ਹਿਰੇ ਨੂੰ ਤਾ ਦੇਈ ਆਪਣੀ ਰਾਈਫਲ ਫੜੀ ਖੜਾ ਗੇਟ 'ਤੇ ਆ ਗਈ ਕਹਿੰਦੀ ਵੀਰ ਇੱਕ ਬੇਨਤੀ ਹੈ ਉਹ ਸਿਪਾਹੀ ਆਦਾ ਭੈਣੇ ਦੱਸ ਕੀ ਗੱਲ ਭਲਾ ਹੋਣ ਹਾਰ ਲੜਕੀ ਪੜ੍ਹੀ ਲਿਖੀ ਸ਼ਹੀਦੀ ਪਾਉਣ ਦਾ ਨਸ਼ਾ ਚੜ੍ਹਿਆ ਮਸਤਾਨੀ ਜੀ ਰੂਹ ਉਹ ਸਿਪਾਹੀ ਆਦਾ ਬੀਬੀ ਕੀ ਗੱਲ ਹੈ ਉਹਦੀ ਗੱਲ ਕੀ ਹੈ ਮੇਰਾ ਭਰਾ ਹੈ ਤੂੰ ਭੈਣ ਬਣਾ ਧਰਮ ਦੀ ਆਹ ਰਿਸ਼ਤਾ ਕਾਇਮ ਕਰ ਉਹ ਵੀ ਮਰਦ ਬੱਚਾ ਸੀ ਕੋਈ ਉਹ ਆਦਾ ਇਹੋ ਜਿਹੇ ਸ਼ਬਦ ਕਿਤੇ ਮਿਲਦੇ ਹੈ ਕੌੜੀ ਅੱਖ ਨਾਲ ਵੇਖਣਾ ਗਦਾਰਾਂ ਦਾ ਕਰਮ ਹੈ ਸ਼ਕਲ ਤਾਂ ਵੇਖੋ ਹੁਸਨ ਤਾਂ ਵੇਖਣ ਵਾਸਤੇ ਬਣਾਇਆ ਵਾਹਿਗੁਰੂ ਨੇ ਭਾਵੇਂ ਮਰਦ ਹੈ ਲੜਕੀ ਹੈ ਹੁਸਨ ਤਾਂ ਦੇਖਣਾ ਪੈਂਦਾ ਪਰ ਆਪਦੇ ਜਜ਼ਬਾਤ ਨਹੀਂ ਸੁੱਟਣੇ ਪੈਂਦੇ ਕੋਈ ਲੜਕੀ ਜਾਵੇ ਚਲੀ ਇੱਕ ਟੇਢਾ ਜਿਹਾ ਵੇਖਿਆ ਉੱਧਰ ਨੂੰ ਉਹ ਵੀ ਕੁਜੋਰੀ ਬੱਚਾ ਸੀ ਉਹ ਖੜ ਗਈ ਉਹ ਕਹਿੰਦੀ ਦੁਨੀਆਂ ਮੇਂ ਲਾਖੋ ਹੀ ਗੈਰੋਂ ਫਸੀਦਾ ਹਰਦਮ ਅਰੰਜੋ ਵਾਲਮ ਵੇਖਦੇ ਹੈ ਉਹਨੇ ਕੀ ਕਿਹਾ ਵੀ ਦੁਨੀਆਂ 'ਚ ਲੱਖਾਂ ਬੰਦੇ ਗੈਰ ਮੂਰਖ ਹਰਦਮ ਅਰੰਜੋ ਵਾ ਆਲਮ ਵੀ ਬਗਾਨਾ ਹੁਸ਼ਨ ਵੇਖਦੇ ਰਹਿੰਦੇ ਨੇ ਪਾਗਲ ਇਹ ਐਂ ਕਿਉਂ ਝਾਕਦਾ ਉਹ ਵੀ ਪੱਕਾ ਜੋਗੀ ਸੀ ਖੜ ਗਿਆ ਉਹ ਵੀ ਉਹ ਆਹਦਾ ਤੁਝ ਸੇ ਗਰਜ ਹੈ ਨਾ ਤੁਮਰੇ ਹੁਸ਼ਨ ਸੇ ਹਮ ਤੋਂ ਮੁਸ਼ੱਬਰ ਕੀ ਕਲਮ ਵੇਖਦੇ ਹੈ ਕਹਿੰਦਾ ਨਾ ਤੇਰੀ ਲੋੜ ਹੈ ਨਾ ਤੇਰੀ ਸ਼ਕਲ ਦੀ ਲੋੜ ਹੈ ਮੈਂ ਬਣਾਉਣ ਵੱਲ ਦੀ ਸਿਫਤ ਕਰਦਾ ਵੀ ਰੱਬ ਨੇ ਸਾਰੀ ਦੁਨੀਆ ਬਣਾਈ ਤੇਰੇ 'ਤੇ ਬੜਾ ਹੀ ਜ਼ੋਰ ਲਾ ਤਾ ਉਹ ਆਹਦਾ ਹੁਸ਼ਨ ਦੀ ਲੋੜ ਨਹੀਂ ਮੈਨੂੰ ਮੈਂ ਤਾਂ ਬਣਾਉਣ ਵਾਲੇ ਦੀ ਸਿਫਤ ਕੀਤੀ ਤੇਰੇ ਵਿਸ਼ ਦੀ ਮੁਸ਼ੱਬਰ ਦੀ ਕਦਰ ਪਾਈ ਹੈ ਤੇਰੀ ਨਹੀਂ ਕਈ ਤਾਂ ਮੁਸ਼ੱਬਰ ਨੂੰ ਵੇਖਦੇ ਹੁੰਦੇ ਆ ਕਈ ਅੱਖਾਂ ਟੱਟ ਟੱਟ ਕੇ ਬੂਥੇ ਦੇਖੀ ਜਾਂਦੇ ਉਹ ਡਾਊਨ ਹੈ ਬੰਦੇ ਜਿਹੜੇ ਹੀ ਵੇਖੀ ਜਾਂਦੇ ਸਿੱਧੇ ਸੋਚਣ ਵਾਲੀ ਗੱਲ ਹੈ ਇਹ ਮਰਦ ਦਾ ਜਜ਼ਬਾਤ ਹੋਰ ਹੈ ਉਹ ਸਿਪਾਹੀ ਮਰਦ ਬੱਚਾ ਸੀ ਉਹਦਾ ਹੁਸ਼ਨ ਠੀਕ ਹੈ ਲੜਕੀ ਕਾਬਲ ਹੈ ਪੜ੍ਹੀ ਲਿਖੀ ਹੈ ਆਹ ਦੇਖ ਸ਼ਬਦ ਕਹਿੰਦੀ ਹੈ ਤੂੰ ਮੇਰਾ ਭਰਾ ਹੈ ਉਹਨੇ ਵੀ ਦਿਲ ਤਾਣ ਤਾਪਦਾ ਕਹਿੰਦਾ ਫਿਰ ਤੂੰ ਮੇਰੀ ਭੈਣ ਹੈ ਬੀਬੀ ਦੱਸ ਸੇਵਾ ਉਹਦੀ ਗੇਟ ਖੋਲ੍ਹ ਦੇ ਕਹਿੰਦਾ ਕੀ ਗੱਲ ਕਹਿੰਦੀ ਮੈਂ ਮੁਲਾਕਾਤ ਕਰੂੰ ਕਰਤਾਰ ਸਰਾਭੇ ਦੀ ਉਹ ਸਿਪਾਹੀ ਆ ਤਾਂ ਭੈਣੇ ਚਾਬੀ ਮੇਰੇ ਕੋਲ ਨਹੀਂ ਪਾਵਰ ਕੋਈ ਮੇਰੇ ਕੋਲ ਨਹੀਂ ਹਕੂਮਤ ਮੇਰੇ ਕੋਲ ਨਹੀਂ ਤੈਂ ਫਰਿਆਦ ਤਾਂ ਕੀਤੀ ਪਰ ਚੰਗੀ ਕਰਨੀ ਸੀ ਕੋਈ ਹਾਂ ਐਂ ਕਰ ਇੱਕ ਮੈਂ ਤਰੀਕਾ ਦੱਸਦਾ ਫਿਰ ਮੈਂ ਕਿਧਰੋਂ ਦੀ ਤੈਨੂੰ ਜੇਲ੍ਹ ਦੇ ਖਾਨੇ ਦੇ ਅੰਦਰ ਕਰੂੰਗਾ ਪਰ ਪਹਿਲਾਂ ਹੋ 7 ਨੰਬਰ ਕੋਠੀ ਅਜਮਲ ਖਾਂ ਪਠਾਨ ਹੈ ਇੱਕ ਜੇਲ੍ਹ ਦਾ ਦਰੋਗਾ ਉਹਦੇ ਕੋਲ ਜਾ ਬੁੜਾ ਪਠਾਨ ਮਰਦ ਬੱਚਾ ਮੇਰੇ ਵਾਂਗੂ ਫਰਿਆਦ ਉਹਨੂੰ ਕਰ ਜਾ ਕੇ ਪਹਿਲਾਂ ਉਹ ਬੁੜੇ ਅਜਮਲ ਖਾਂ ਨੂੰ ਕਹਿ ਵੀ ਮੈਂ ਮੁਲਾਕਾਤ ਕਰ ਰਹੀ ਹਾਂ ਬੋਲ ਨਹੀਂ ਸੱਚ 7 ਨੰਬਰ ਕੋਠੀ ਹੈ ਸਿਵਲ ਲਾਈਨ 'ਤੇ ਉੱਥੋਂ ਦੀ ਨੰਘਾਤੀ ਤੁਰ ਗਈ ਟੈਲੀਫੋਨ ਕੀਤਾ ਧੱਕਾ ਦਿੱਤਾ ਅਤੇ ਬਾਬਾ ਜੀ ਬਾਹਰ ਆਏ ਦੇਖਿਆ ਦਰਵਾਜ਼ੇ 'ਤੇ ਹੁਸ਼ਨ ਦਾ ਢੇਰ ਲੱਗਿਆ ਪਠਾਨ ਕਹਿੰਦਾ ਵਾਏ ਖੁਦਾ ਆਹ ਵੀ ਤੂੰ ਘੜਿਆ ਲੜਕੀ ਨੂੰ ਧੀਆਂ ਵਾਂਗੂ ਪਿਆਰ ਬਾਸ਼ਨ ਆਈ ਬੇਟੀ 8 ਵਜੇ ਕਿਵੇਂ ਆਈ ਉਹਨੇ ਝੋਲੀ ਅੱਡ ਲਈ ਕਹਿੰਦੀ ਪਿਤਾ ਜੀ ਖੈਰ ਪਾ ਦਿਓ ਜਾਣ ਗਿਆ ਬੇਟੀ ਕਾਹਦਾ ਉਹਦੀ ਕਰਤਾਰ ਸਿੰਘ ਸਰਾਭੇ ਦੀ ਮੁਲਾਕਾਤ ਕਰਨ ਵਾਸਤੇ ਆਈਆਂ 6 ਵਜੇ ਤੱਕ ਟਾਈਮ ਸੀ ਗੇਟ ਬੰਦ ਹੋ ਗਿਆ 8 ਵੱਜ ਗਏ ਦੀਦਾਰ ਕਰਨੇ ਪਠਾਨ ਕਹਿੰਦਾ ਦੇਖ ਸੱਪ ਦੇ ਨਾਗ ਵਰਗੀ ਤੇ ਲੜਕੀ ਹੈ ਜਿਵੇਂ ਕਾਲਾ ਪਦਮ ਹੁੰਦਾ ਜ਼ਹਿਰੀਲਾ ਉਹ ਹਜੇ ਗਾਂ ਸਰਾਭ ਹੈ ਜਿਹਦੀ ਮੁਲਾਕਾਤ ਕਰਦੇ ਉਹ ਵੀ ਸਿਰੇ ਦੇ ਬੰਦੇ ਦੀ ਉਹ ਹੈ ਬੰਦੇ ਠੀਕ ਹੈ ਪਰ ਕਹਿੰਦੇ ਐਂ ਪੁੱਛਦੇ ਤਾਂ ਲੱਗਦਾ ਕੀ ਹੈ ਬੇਟੀ ਤੇਰਾ ਰਿਸ਼ਤਾ ਕੀ ਹੈ ਉਹਦੇ ਨਾਲ ਉਹਦੀ ਸੱਚ ਦੱਸਾਂ ਕਹਿੰਦਾ ਹਾਂ ਕਹਿੰਦੀ ਫਿਰ ਮੇਰਾ ਪਤੀ ਹੈ ਉਹ ਪਠਾਨ ਕਹਿੰਦਾ ਗਲਤ ਹੈ ਵਿਆਹ ਨਹੀਂ ਹੋਇਆ ਮੰਗਣਾ ਨਹੀਂ ਹੋਇਆ ਸਰਾਭਾ ਤਾਂ ਕੁਆਰਾ ਹੈ ਜੇ ਉਹਦੀ ਜਿਹੜੇ ਇਸ਼ਕ ਦੇ ਰੰਗ 'ਚ ਰੱਤੇ ਹੁੰਦੇ ਆ ਨਾ ਉਹਨਾਂ ਦੀ ਕਦਰ ਕੋਈ ਕੋਈ ਕਰਦੇ ਕਹਿੰਦੀ ਮੈਂ ਦੁਨੀਆ ਵਾਲਾ ਵਿਆਹ ਮੁਕਲਾਵਾ ਨਹੀਂ ਕਰਾਇਆ ਨਾ ਮੰਗਣਾ ਇਹ ਸਰਾਭੇ ਨੂੰ ਵੀ ਨਹੀਂ ਪਤਾ ਵੀ ਮੇਰੀ ਪਤਨੀ ਹੈ ਕਹਿੰਦਾ ਕਹਿੰਦੀ ਮੈਨੂੰ ਇਹ ਪਤਾ ਵੀ ਮੇਰਾ ਪਤੀ ਹੈ ਉਹਨੂੰ ਵੀ ਨਹੀਂ ਗਿਆਨ ਵੀ ਮੇਰੀ ਧਰਮ ਪਤਨੀ ਹੈ ਇਹੋ ਜਿਹਾ ਰਿਸ਼ਤਾ ਸਾਡਾ ਨੂਰੀ ਪੱਕਾ ਰਿਸ਼ਤਾ ਹੈ ਟੁੱਟ ਨਹੀਂ ਸਕਦਾ ਪਠਾਨ ਕਹਿੰਦਾ ਅਕਲ ਤਾਂ ਕਦੇ ਵੇਖੀ ਨਹੀਂ ਬਈ ਲੜਕੇ ਨੂੰ ਪਤਾ ਨਾ ਹੋਵੇ ਮੇਰੀ ਧਰਮ ਪਤਨੀ ਹੈ ਪਤਨੀ ਨੂੰ ਪਤਾ ਹੋਵੇ ਮੇਰਾ ਪਤੀ ਹੈ
ਉਹ ਸੁੱਤਾ ਪਿਆ ਸੀ ਜੇ ਤੇਰਾ ਵਿਆਹ ਹੋਇਆ ਉਹਦੇ ਨਾਲ ਕਿ ਜੇ ਸੁਪਨਾ ਆਉਂਦਾ ਸੀ ਉਹਨੂੰ ਵੀ ਮੁੰਡੇ ਨੂੰ ਵਿਆਹ ਕਰਾਉਣਾ ਉਹਨੂੰ ਪਤਾ ਹੀ ਨਾ ਹੋਵੇ ਲੜਕੀ ਨੂੰ ਪਤਾ ਹੋਵੇ ਇਹ ਗੱਲ ਕਿੱਥੇ ਹੋ ਗਈ ਫਿਰ ਮੈਂ ਕਲੀਅਰ ਕਰਤਾ ਜਦ ਅਖਬਾਰ ਆਇਆ ਸੀ ਮੈਂ ਤਨ ਮਨ ਧਨ ਭੇਟਾ ਕਰਤਾ ਉਹ ਜੇਲ੍ਹ ਖਾਨੇ ਹੈ ਉਹਦੀ ਮੈਂ ਵੀ ਇਨਕਲਾਬੀ ਹਾਂ ਤੜਕੇ ਨੂੰ ਮੈਂ ਵੀ ਕੋਈ ਚੰਦ ਨਵਾਂ ਚਾੜੂ ਦਦਾਰ ਕਰਾ ਦੂ ਪਠਾਨ ਕਹਿੰਦਾ ਇਹ ਪੜਦਾ ਫਰੋਲਣ ਵਾਲਾ ਨਹੀਂ ਹੈ ਅੱਛਾ ਬੇਟੀ ਚੱਕ ਕਾਗਜ਼ ਤੇਰੇ ਵਰਗੀਆਂ ਰੂਹਾਂ ਤਾਂ ਰੱਬ ਵੀ ਨਹੀਂ ਖਾਲੀ ਮੋੜਦਾ ਮੇਰੀ ਕੀ ਪਾਵਰ ਹੈ ਆ ਲੈ ਕਾਗਜ਼ ਇੱਕ ਘੰਟੇ ਦੀ ਮੁਲਾਕਾਤ ਹੈ ਤੇਰੀ ਇਕੱਲੀ ਦੀ ਜਾਂ ਸਿਪਾਹੀ ਨੂੰ ਫੜਾ ਦੇ ਜਾਂਦਾ ਖੋਲਤਾ ਸਿਪਾਹੀ ਨੇ ਅੰਦਰ ਜਾ ਬੜੀ ਉਹ ਆਦੀ ਵੀਰ ਦੱਸ ਕਿਹੜੀ ਕੋਠੀ ਹੈ ਸਰਾਬਾ ਕਹਿੰਦਾ ਆ ਜਾ ਅੰਦਰ ਲਿਜਾ ਕੇ ਸੱਤ ਨੰਬਰ ਫਾਂਸੀ ਵਾਲਿਆਂ ਦੀਆਂ ਕੋਠੀਆਂ ਦੇ ਉੱਤੇ ਪਹਿਲੀ ਕੋਠੀ 'ਚ ਬੰਦ ਸਰਾਬਾ ਸਿਪਾਹੀ ਕਹਿੰਦਾ ਰਹੇ ਬੀਬੀ ਇਹ ਕੋਠੀ 'ਚ ਗੇਟ ਤਾਂ ਨਹੀਂ ਖੁੱਲਦਾ ਬੰਦ ਹੈ ਆ ਸਾਈਡ ਤੋਂ ਬਾਰੀ ਖੁੱਲੀ ਹੈ ਲੰਮੀ ਜਿਹੀ ਦੀਵਾਰ ਹੈ ਹੱਥ ਵੀ ਨਹੀਂ ਪਹੁੰਚਦਾ ਧਾਂਸਾਂ ਲੋਹੇ ਦੀਆਂ ਪੱਕੀਆਂ ਲੱਗੀਆਂ ਹੋਈਆਂ ਇੱਥੋਂ ਦੀ ਗੱਲ ਕਰ ਲੈ ਸਿਪਾਹੀ ਮੁੜ ਗਿਆ ਕਰਤਾਰ ਸਿੰਘ ਸਰਾਬਾ ਅੰਦਰ ਖੜਾ ਹੈ ਲੋਹੇ ਦੀਆਂ ਧਾਂਸਾਂ ਨੂੰ ਹੱਥ ਪਾ ਰੱਖਿਆ ਮੂੰਹ ਤਾਹਾਂ ਚੱਕ ਰੱਖਿਆ ਵਤਨ ਦੇ ਗੀਤ ਗਾਉਂਦਾ ਵਿਆਹ ਵਤਨ ਛੱਡ ਕੇ ਤੜਕੇ ਨੂੰ ਤੁਰ ਜੂੰਗਾ ਸੱਚਖੰਡ ਨੂੰ ਮੇਰੇ ਵਤਨ ਦਾ ਕੀ ਹਾਲ ਹੋਵੇਗਾ ਮਜ਼ਾ ਇਸ਼ਕ ਕੁਛ ਉਹੀ ਜਾਣਤੇ ਹੈ ਜੋ ਮੌਤ ਕੋ ਜ਼ਿੰਦਗੀ ਮਾਨਤੇ ਹੈ ਯੇ ਨਹੀਂ ਸਮਝਦੇ ਅੰਜਾਮ ਅੰਜਾਮ ਕਿਆ ਹੋਗਾ ਮਰਨਾ ਤੋਂ ਮਹਿਸਿਕ ਦਿਲ ਲਗੀ ਜਾਣਤੇ ਹੈ ਇਸ ਰੱਬ ਦਾ ਲਿਖਿਆ ਸ਼ੇਰ ਹੈ ਉਹਦੇ ਹੱਥਾਂ ਦੀ ਕਲਮ ਦਾ ਆਹ ਜਿਹੜੀ ਕਵਿਤਾ ਬੋਲ ਰਿਹਾ ਨਾ ਮੈਂ ਮਜ਼ਾ ਇਸ਼ਕ ਕਾ ਕੁਛ ਵਹੀ ਜਾਣਤੇ ਹੈ ਇਸ ਰੱਬ ਦੀ ਲਿਖਤ ਹੈ ਆਪਣੇ ਹੱਥਾਂ ਨਾਲ ਓਹੋ ਜੋ ਮੌਤ ਕੋ ਜ਼ਿੰਦਗੀ ਮਾਨਤੇ ਹੈ ਜਿਹੜੇ ਮੌਤ ਨੂੰ ਜੀਵਨ ਸਮਝਦੇ ਆ ਇਸ ਇਸ਼ਕ ਨੂੰ ਉਹ ਪਾਨ ਕਰਦੇ ਆ ਰਸ ਨੂੰ ਗੀਤ ਗਾਉਂਦਾ ਬੀਬੀ ਵੀਰੀ ਸਾਰਾ ਸ਼ਬਦ ਸੁਣ ਲਿਆ ਬਾਹਰ ਖੜੀ ਹੈ ਫਿਰ ਅੰਦਰ ਨੂੰ ਮੂੰਹ ਕਰਕੇ ਵਾਰੀ ਤੋਂ ਮਾਰਿਆ ਚਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਆਵਾਜ਼ ਗਿਆ ਕਰਤਾਰ ਸਿੰਘ ਸਰਾਬੇ ਨੇ ਧੌਣ ਥੱਲੇ ਨੂੰ ਖਿੱਚ ਲਈ ਬਾਰੀ ਥੇ ਨਜ਼ਰਾਂ ਬਾਹਰ ਕੱਢੀਆਂ ਕੰਨ 'ਚ ਆਵਾਜ਼ ਗਿਆ ਦਿਲ 'ਤੇ ਖਬਰ ਪਹੁੰਚ ਗਈ ਪੀਰੀ ਹੈ ਇੱਕ ਦਿਨ ਦੀ ਮੁਲਾਕਾਤ ਸੀ ਮੁੜ ਕੇ ਵੇਖੀ ਨਹੀਂ ਕਦੇ ਤਿੰਨ ਮਹੀਨਿਆਂ ਬਾਅਦ ਦਰਸ਼ਨ ਹੋਇਆ ਕਰਤਾਰ ਸਿੰਘ ਨੇ ਵੇਖੀ ਤਾਂ ਲਾਲ ਸਾਲੂ 'ਚ ਲਿਪਟੀ ਹੈ ਮਹਿੰਦੜ ਲੱਗਿਆ ਹੱਥਾਂ ਨੂੰ ਸ਼ਿੰਗਾਰ ਲੱਗਿਆ ਵਿਹੋਲੀਆਂ ਵਾਂਗੂ ਐਂ ਲੱਗੇ ਸਰਾਬੇ ਨੂੰ ਉਹਦੇ ਕੁਆਰੀ ਸੀ ਅੱਜ ਇਹ ਵਿਆਹੀ ਹੋਈ ਹੈ ਉਹ ਆਦਾ ਵੀਰੀ ਸ਼ੁਕਰ ਗੁਜ਼ਾਰ ਹਾਂ ਮੈਂ ਤੇਰੇ ਦਰਸ਼ਨਾਂ ਨੂੰ ਬੜੇ ਇੱਥੇ ਮੁਲਾਕਾਤੀ ਆਏ ਭੈਣ ਆਈ ਮਾਂ ਆਈ ਚਾਚੇ ਤਾਏ ਆਏ ਦਾਦਾ ਆਇਆ ਸਭ ਰੋਂਦੇ ਗਏ ਪਹਿਲਾਂ ਮੈਂ ਸ਼ੁਕਰ ਗੁਜ਼ਾਰ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦਾ ਨਾਰਾ ਜਕਾਰਾ ਦਿੱਤਾ ਦੂਜੇ ਮੈਂ ਐਂ ਖੁਸ਼ ਹਾਂ ਬਈ ਤੈਂ ਤੇਰੀ ਸ਼ਾਦੀ ਹੋ ਗਈ ਕਿਤੇ ਤੀਜੇ ਇੱਕ ਦੱਸ 8 ਵਜੇ ਕਿਵੇਂ ਆ ਗਈ ਬਈ ਗੇਟ ਜੇਲ੍ਹ ਦਾ 8 ਵਜੇ ਕਿਵੇਂ ਖੁੱਲ੍ਹ ਗਿਆ ਉਹ ਆਦੀ ਜੀ ਤੁਹਾਡੇ ਨੂੰ ਉਹਨੂੰ ਖੁੱਲ੍ਹਿਆ ਇਹ ਗੇਟ ਮੈਂ ਗਈ ਦਰੋਗੇ ਕੋਲ ਉਹਨੇ ਕਿਹਾ ਕੀ ਕੰਮ ਹੈ ਮੈਂ ਕਿਹਾ ਮੁਲਾਕਾਤ ਕਰਨੀ ਹੈ ਸਰਾਬੇ ਦੀ ਉਹ ਆਦੀ ਦਰੋਗੇ ਨੇ ਕਿਹਾ ਤੇਰਾ ਲੱਗਦਾ ਕੀ ਹੈ ਮੈਂ ਜੋ ਤੂੰ ਲੱਗਦਾ ਸੀ ਉਹ ਕਹਿਤਾ ਕਹਿੰਦਾ ਮੈਂ ਕੀ ਲੱਗਦਾ ਸੀ ਕਹਿੰਦੀ ਪਤੀ ਹੈ ਤੂੰ ਮੇਰਾ ਮੈਂ ਕਹਿਤਾ ਪਠਾਨ ਨੂੰ ਵੀ ਸਰਾਬਾ ਮੇਰਾ ਪਤੀ ਹੈ ਮੈਂ ਉਹਦੀ ਧਰਮ ਪਤਨੀ ਹੈ ਮੁਲਾਕਾਤ ਕਰਨੀ ਹੈ ਦਰਸ਼ਨ ਕਰਾ ਦੇ ਜਿਹਨੇ ਦੁਨੀਆਂ ਛੱਡ ਕੇ ਤੜਕੇ ਨੂੰ ਤੁਰ ਜਾਣਾ ਬਸ ਇੱਕ ਮਿੰਟ ਝਲਕ ਦਰਸ਼ਨਾਂ ਦੀ ਕਰ ਲਾਂ ਮੈਂ ਫਰਿਆਦ ਕੀਤੀ ਉਹਨੇ ਤੇਰੇ ਨੌ ਨੂੰ ਘੰਟੇ ਦਾ ਟਾਈਮ ਦੇ ਤਾ ਸਰਾਬੇ ਨੇ ਮੂੰਹ ਭਰੇ ਨੂੰ ਕਰ ਲਿਆ ਕਹਿੰਦਾ ਬਹੁਤ ਬੜੀ ਗਲਤੀ ਕੀਤੀ ਤੂੰ ਮੈਂ ਪਤੀ ਨਹੀਂ ਤੂੰ ਪਤਨੀ ਨਹੀਂ ਸ਼ਾਦੀ ਹੋਈ ਨਹੀਂ ਤੇ ਕਿਹਾ ਕਿਉਂ ਹਮ ਜਮਾਤੀ ਕਹਿੰਦੀ ਹਮ ਸਫ਼ਰ ਕਹਿੰਦੀ ਇਨਕਲਾਬੀ ਕਹਿੰਦੀ ਪਤੀ ਕਿਉਂ ਕਿਹਾ ਉਹ ਆਦੀ ਕਮਜ਼ੋਰ ਦਿਲ ਹੈ ਤੇਰਾ ਤੂੰ ਕਹਿੰਦਾ ਸੀ ਕਦੇ ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈਂਦੀਆਂ ਇੱਕ ਘਰ 'ਚ ਦੋ ਪਾਰਟੀਆਂ ਨਹੀਂ ਰਹਿੰਦੀਆਂ ਹੋਸ਼ ਹੈ ਉਸ ਸ਼ਬਦ ਮੈਂ ਜਿੱਦੇ ਤੇਰਾ ਫੋਟੋ ਵੇਖਿਆ ਤੈਨੂੰ ਪਤੀ ਕਹਿਤਾ ਸੀ ਆਪਣੇ ਹਿਰਦੇ 'ਚ ਮੇਰਾ ਪਤੀ ਹੈ ਸਰਾਬਾ ਜਿੰਦਾ ਰਿਹਾ ਸ਼ਾਦੀ ਹੋ ਜਾਏਗੀ ਅਗਰ ਉਹਦੀ ਮੌਤ ਹੋਈ ਉਹ ਤੋਂ ਪਹਿਲਾਂ ਫਾਂਸੀ ਮੈਂ ਗਲ ਵਿੱਚ ਪਾਵਾਂਗੀ ਹੁਣ ਆਦੀ ਪਤਾ ਮੈਂ ਤੜਕੇ ਨੂੰ ਕੀ ਕਰਨਾ ਇੱਕ ਤਾਂ ਮਾਰਨਾ ਤੇਰਾ ਵੈਰੀ ਰਸਾਲਦਾਰ ਗੰਡਾ ਉਹਦੀ ਮੌਤ ਕਰਨੀ ਹੈ ਤੇਰੀ ਫਾਂਸੀ ਤੋਂ ਪਹਿਲਾਂ ਆਪਦੇ ਗਲ 'ਚ ਪਾ ਕੇ ਸੱਚਖੰਡ ਤੇਰੇ ਨਾਲ ਜਾਣਾ
ਕਰਤੇ ਵਾਹਿਗੁਰੂ ਦੇ ਇੰਨਾ ਕੰਮ ਕਰਨਾ, ਤੂੰ ਘਬਰਾਇਆ ਖੜੇ ਕਹਿ ਤੈਨੂੰ ਦਾਗ ਲੱਗੂ। ਕਰਤਾਰ ਸਿੰਘ ਕਹਿੰਦੇ ਲੋਕ ਕਹਿਣਗੇ, ਜਿੱਥੇ ਸ਼ਹੀਦ ਵੀ ਕਹਿਣਗੇ ਉੱਥੇ ਗਦਾਰ ਵੀ ਕਹਿਣਗੇ, ਵੀ ਸ਼ਾਇਦ ਕੱਚਾ ਆਸ਼ਕ ਸੀ। ਉਹਦੀ ਨਹੀਂ, ਤੇਰਾ ਜੀਵਨ ਕਾਲਾ ਨਹੀਂ ਹੁੰਦਾ। ਲਓ ਦੋ ਸ਼ਬਦ ਸੁਣੋ ਵੀਰਾਂ ਦੇ, ਕਵਿਤਾ ਆਵੇਗੀ। ਬੀਬੀ ਬੀਰੀ ਕਹਿੰਦੀ ਮੇਰੀ ਝੋਲੀ 'ਚ ਖੈਰ ਪਾ ਦੇ, ਇੱਕ ਸ਼ਬਦ ਦੇ ਦੇ, ਐਂ ਕਹਿ ਵੀ ਮੈਂ ਪਤੀ ਤੂੰ ਪਤਨੀ, ਆਹ ਸ਼ਬਦ ਕਹਿ ਦੇ। ਇੱਕ ਤਾਂ ਸ਼ਹੀਦ ਹੋਣ ਤੱਕ ਮੈਂ ਘਬਰਾਵਾਂ ਨਾ, ਅਤੇ ਦੂਜੇ ਮੈਂ ਪਤੀ ਵਾਲੀ ਬਣ ਜਾਂ ਸੱਚਖੰਡ ਔਰਤ ਉਹ ਜਾਊ ਜਿਹੜੀ ਪਤੀ ਦੀ ਪੂਜਾ ਕਰੂ। ਮੈਂ ਦਰਗਾਹ 'ਚ ਤੇਰੇ ਨਾਲ ਜਾਣਾ, ਭਲਾ ਵੇਖਾਂ ਵੀ ਬੀਬੀ ਬੀਰੀ ਕਰਤਾਰ ਸਿੰਘ ਸਰੱਭ ਨੂੰ ਜੇਲ੍ਹ ਦੇ ਕਮਰੇ ਦੇ ਸਾਹਮਣੇ ਖੜੀ, ਭਲਾ ਹੈ ਕਿਉਂ ਆਵਾਜ਼ ਦੇ। ਹੋ ਤੱਕ ਤੇਰਾ ਮਾਹੀ ਦਾ ਬੀਰੀ ਹੋ ਗਈ ਮਸਤ ਦੀਵਾਨੀ, ਰਾਹੀ ਕਮੰਜਲ ਦੇ ਇਕੱਠੇ ਹੋ ਗਏ ਦਿਲ ਦੇ ਜਾਨੀ। ਛੱਡ ਦੌਲਤ ਦੁਨੀਆ ਦੀ ਆਸ਼ਕ ਲੈਂਦੇ ਧਾਰ ਫਕੀਰੀ, ਤੇ ਜਾਮ ਸ਼ਹਾਦਤ ਦਾ ਹੋ ਜਾਏ ਅੰਮ੍ਰਿਤ ਸੁਹਾਗਣ ਵੀਰੀ। ਹੋ ਪਾਦ ਖੈਰ ਬਜੋਕਣ ਨੂੰ ਕਹਿੰਦੇ ਮੈਂ ਤੇਰਾ ਤੂੰ ਮੇਰੀ, ਲਾਪਾਰ ਕਿਨਾਰੇ ਤੋਂ ਨਈਆ ਖਾਂਦੀ ਖੁੰਮਣ ਕੇਰੀ। ਇਸ ਜੀਵਨ ਸਾਥਣ ਦੇ ਕਰਦੇ ਫਿਲੋ ਦੂਰ ਦਲਗੀਰੀ, ਦੇ ਜਾਮ ਸ਼ਹਾਦਤ ਦਾ ਹੋ ਜਾਏ ਅੰਮ੍ਰਿਤ ਸੁਹਾਗਣ ਵੀਰੀ। ਰਸਤਾ ਕਠਿਨ ਸ਼ਹੀਦਾਂ ਦਾ ਸਿਰ ਤੋਂ ਦੂਰ ਸਿਦਕ ਦਾ ਡੇਰਾ, ਲਾ ਠੋਕਰ ਦੁਨੀਆ ਨੂੰ ਮੱਲਿਆ ਤਰ ਪਤੜੀ ਨੇ ਤੇਰਾ। ਮਿਲਦਾ ਫਰਿਆਦ ਦੀਆਂ ਕਰਦੀ ਚਰਨ ਪਕੜ ਕੇ ਸ਼ੀਰੀ, ਤੇ ਜਾਮ ਸ਼ਹਾਦਤ ਦਾ ਹੋ ਜਾਏ ਅੰਮ੍ਰਿਤ ਸੁਹਾਗਣ ਵੀਰੀ। ਨਹੀਂ ਆਜ਼ਾਦੀ ਹੋ ਜੂ ਰੋਸ਼ਨ ਦੁਨੀਆ ਤੇ ਹੋ ਜੇ ਵਿੱਚ ਜੇਲ ਦੇ ਛਾਤੀ। ਦੁਨੀਆ ਬੁੱਤ ਪੂਜੇਗੀ ਕੇਰਾ ਕਰਦੇ ਕੈਮ ਸਕੀਰੀ, ਦੇ ਜਾਮ ਸ਼ਹਾਦਤ ਦਾ ਹੋ ਜਾਏ ਅੰਮ੍ਰਿਤ ਸੁਹਾਗਣ ਵੀਰੀ। ਅੱਜ ਰਾਤ ਸੁਹਾਗਣ ਨੂੰ ਦੇਵਾਂ ਲੱਖਾਂ ਵਾਰ ਵਧਾਈਆਂ, ਦੇ ਤੋਹਫ਼ਾ ਸ਼ਗਨਾਂ ਦਾ ਵੇਖੀ ਅੱਖੀਆਂ ਭਰ ਆਈਆਂ। ਜਾ ਵਿੱਚ ਬਹਿਸ਼ਤਾਂ ਦੇ, ਜਾ ਵਿੱਚ ਬਹਿਸ਼ਤਾਂ ਦੇ ਹਾਜ਼ਰ ਹੋ ਜੂ ਅਰਧ ਸਰੀਰੀ, ਤੇ ਜਾਮ ਸ਼ਹਾਦਤ ਦਾ ਹੋ ਜਾਏ ਅੰਮ੍ਰਿਤ ਸੁਹਾਗਣ ਵੀਰੀ। ਸਾਵੇਂ ਭਾਰਤ ਮਾਤਾ ਦੀ ਤੇਰੇ ਨਾਲ ਖਤਮ ਹੋ ਜਾਵਾਂ, ਫਾਂਸੀ ਤੇ ਚੜਦੇ ਦੇ ਗਲ ਵਿੱਚ ਹਾਰ ਪਿਆਰ ਦੇ ਪਾਵਾਂ। ਸ਼ਹਾਦਤ ਦਾ ਹੋ ਜਾਏ ਅੰਮ੍ਰਿਤ ਸੁਹਾਗਣ ਵੀਰੀ। ਆ ਵੀਰੀ ਦੇ ਸ਼ਬਦਾਂ ਨੂੰ ਸੁਣ ਕੇ ਧਰਤੀ ਅੰਬਰ ਡੋਲੇ, ਕਰਤਾਰ ਸਰਾਬੇ ਦੇ ਦਿਲ ਵਿੱਚ ਬਗਦੇ ਪਿਆਰ ਬਰੋਲੇ। ਬਿਨ ਸਿਦਕ ਸਬੂਰੀ ਤੋਂ ਪੈਂਦੀ ਨਹੀਂ ਬਰਾਰਾ ਵੀਰੀ, ਤੇ ਜਾਮ ਸ਼ਹਾਦਤ ਨਾ ਹੋ ਜਾਏ ਅੰਮ੍ਰਿਤ ਸੁਹਾਗਣ ਵੀਰੀ। ਕਰਤਾਰ ਸਿੰਘ ਸਰਾਭੇ ਤੋਂ ਸ਼ਬਦ ਸਹਿਣ ਨਾ ਹੋਏ ਜਦੋਂ ਨੇ ਕਿਹਾ ਨਾ ਕਹਿ ਆਪਣੀ ਜ਼ਬਾਨ ਤੋਂ। ਕਰਤਾਰ ਸਿੰਘ ਤੋਂ ਸਾਰੀਆਂ ਖਬਰਾਂ ਭੁੱਲ ਕੇ ਧੱਕੇ ਨਾਲ ਆਵਾਜ਼ ਨਿਕਲ ਗਿਆ ਬਈ ਤਥਾਸਤੂ, ਤੂੰ ਧਰਮ ਪਤਨੀ ਤੇ ਮੈਂ ਤੇਰਾ ਪਤੀ, ਸਿੱਧਾ ਕਹਿਣਾ ਪਿਆ। ਭਵਾ ਦੇ ਪ੍ਰੇਮ ਮੂਹਰੇ ਕੋਈ ਨੇਮ ਨਹੀਂ ਰਹਿੰਦਾ, ਪ੍ਰੇਮ ਨੇਮ ਦੀਆਂ ਹੱਦਾਂ ਭੰਨ ਜਾਂਦਾ। ਨੀਵੀਂ ਪਾ ਕੇ ਖੜ ਗਿਆ, ਵੀਰੀ ਮੈਂ ਤਾਂ ਸੋਚਦਾ ਸੀ ਤੇਰਾ ਸਿਦਕ ਕੁਛ ਕਮਜ਼ੋਰ ਹੈ। ਉਹ ਆਦੀ ਇਉਂ ਕਰ, ਤੇਰੇ ਆਸ਼ੀਰਵਾਦ ਦੀ ਮੈਂ ਧੰਨਵਾਦੀ ਹਾਂ, ਪਰ ਮੈਂ ਹੁਣ ਛੁੱਟੀ ਲੈ ਕੇ ਕੰਡੇ ਬੇਈਮਾਨ ਨੂੰ ਮਾਰ ਕੇ ਤੜਕੇ ਨੂੰ ਬਬਾਨਾ 'ਚ ਬਹਿ ਕੇ ਤੇਰੇ ਨਾਲ ਜਾਊਂ। ਘੰਟਾ ਤਾਂ ਐਂ ਲੰਘ ਗਿਆ ਜਿਵੇਂ 5 ਮਿੰਟ ਹੁੰਦੇ ਨੇ। ਉਹ ਮੰਜ਼ਿਲ ਇੰਨੀ ਉੱਚੀ ਹੈ, ਉੱਥੇ ਸ਼ਕਲ ਨੂੰ ਵੇਖ ਕੇ ਨਾ ਮਨ ਰੱਜਣ, ਗਿੰਨਾ ਗੱਲਾਂ ਕਰਕੇ ਰੱਜਣ। ਉਹ ਜੇਲ੍ਹ ਦੀ ਕੋਠੀ ਤੋਂ ਬਾਹਰ ਹੈ ਅਤੇ ਉਹ ਅੰਦਰ ਹੈ, ਦੋਏ ਇੱਕੋ ਹੀ ਰਾਹ ਦੇ ਰਾਹੀ ਅਤੇ ਤੜਫੀ ਜਾਂਦੇ ਹੈ। ਪਠਾਨ ਵੀ ਆ ਗਿਆ,
जिन्हें घंटा दिता सी वो 15 मिनट पिछे खड़ा गल्लां सुनी गया। कहिंदे ने करतार सिंह सराभा कहिंदा जे तू हक सराभे शेर दा रखी कायम ईमान पर तू ते दो तलवारां पातियां अंदर इक म्यान मैनू लाड़ी मौत अड़ीकदी आउणे सुबह बबान। कहिंदा झांसी जईआं राणियां प्रगट विच जहान करतार सिंह सराभे ने जांदी बार उस बीबी पीरी नूं। अच्छा भई बच्चे धन्नवाद तुहाडा। आशीर्वाद दे के बीबी पीरी नूं विदा कर दिता। वो रेल चढ़ी किथे आई जिहड़ा रसालदर गंडा बेईमान सी ना वो भलोवाल पिंड च सुबह के 4 बजे तो पहले पहले उहदी कोठी मूहरे आके खड़ी हो गई। ये भी सोचती है भी तड़के नूं वो बबान भी आउणगे जिहड़ियां च करतार सिंह सराभा सवार होऊगा, मैं उहदे बाएं अंग बह के कदे बैकुंठ धाम भी जावांगी। दुनिया छड्डांगी, मरने का चा जीण का चाओ नहीं, भी जीवन तो फिक्का है, उस नाल जीवन है जिहड़ा बबाना च बह के जाऊगा। तो कहिंदे ने गंडा सिंह बेईमान की कोठी मूहरे खड़ गई आके। एक नौकर अड़दली गंडा सिंह का, वो गंडे बेईमान का नौकर सी बूड़ सिंह, बुढ़ा बूड़ सिंह उहदी बग्गी छेड़दा हुंदा गंडे बेईमान दी। ओ खड़ा दरवाजे ते गंडा अंदर कित केसी इशनान करदा। ओ बीबी कहिंदी नौकर नूं, बाबा जी क्या अंदर गंडा सिंह है? ना ये सुखां सुख दी है सच्चे पातशाह, गंडा बेईमान अंदरे होवे गोली मार के छाती भन दे, मुड़ के लाहौर की जेल च वग जा, सरदार की फांसी तो पहला पेश हो जा, यह जी अरमान बसाई जाती है। तो नौकर कहिंदा बेटी गंडा सिंह तो कोठी बिचे है, अशनान कर दे। वो दी फिर जा उन्हूं छेती कह भी तेरी रिश्तेदारी चो तेरी भैन तैनू मिलन आई है, छोटी भैन कहीं वो दी। नौकर बूढ़ सिंह भज लिया, अंदर जाके बीबी बीरी का सुनेहा गंडे बेईमान नूं नौकर दिंदा। कहिंदा साहब एक लड़की खड़ी है दरवाजे ते, हनेरियां च सप्प लतड़दी, पता नहीं कित्थों दी आई है, पैरी छाले है, वस्त्र फटे है, ते गेट ते खड़ी है, हुशन दा बदल है कोई। वो कहिंदी है मैं रसालदार गंडे दी भैण थोनू मिलना चाहुंदी है। गंडा कहिंदा खबर है केड़ी सकीरी चों है, किवें कोई मजबूर होई हो? वादा भी नौकर कह ओ बीबी नूं मैं इशनान करके हुणे आ रहा, असल तो अंदर आ जे ते नहीं मैं मिलने वास्ते उहनूं पेश होना। नौकर ने बीबी नूं कहता आके बीबी जी रसालदार गंडा इशनान करके आ रहा है, बुआ दी शुक्र है आ जाण दे। कहिंदा बीबी इशनान करदा हो? बुआ दी कर लैण दे, फिर कहिंदा किसी ने नहाउणा है, अंतम इशनान है उहदा अखीरला, फिर तां जे फिट आ गया चीखा ती धर लैना, पा लैण दे 2 घड़वियां जांदी वार दियां। इहने भी काली कीती, गंडे बेईमान ने इशनान किया, कंबल की बुक्कल लाई, फटाफट बाहर निकलिया। बीबी गेट तो थोड़ी होर पिछे हट गई, जब मैं कढ़िया ना 6 गोली वाला, कितने ऐसी गलती हो जाए गंडा बेईमान कोठी के गेट तो अंदरे हो बे, एक साइड पर हो जाए बच ना जाए, पिछे हट जा, जा सामने आऊगा फिर गल करांगे। 10 गज पिछे हट गई कोठी तो, ते गंडा आके दरवाजे ते खड़ गए। बीबी मैं तेनू पछाणिया नहीं, कुछ हनेरा बाकी है। सूरज दी उभार उठी, लड़की दे चेहरे उत्ते किरणा गईयां, कुछ रोशनी दियां उभार दियां, एक जोत बनी खड़ी है, सुरती लाई है सच्चे पातशाह हुण तेरे चरणा च बुला लै। ते गंडा बेईमान कहिंदा बीबी मैं पछाणिया नहीं तेनू। बुआ दी तूं भरा है वड्डा, मैं भैण आ रिश्तेदारी चों, तेनू हाले पता नहीं अपनी रिश्तेदारी की है, मैं दसांगी पर थोड़ा जा मेरे नेड़े आ, मेरे पैरी छाले है, बुरी हालत है, तेरे नेड़े मैं आ नहीं सकती, दुख पेश करना ही है। गंडे ने कहा वाकई कोई मजबूर लड़की है, जब मौत आती है पापा का फल कट्ठा होंदा फिर बंदा बच नहीं सकता। फटाफट नेड़े आ गया, चेहरा वेख्या
बीबी मैं तेन हूं भी नहीं पछाणे। वो आदि मैं करतार सिंह की धर्म पत्नी हाँ शराबे भैन तेरी इस नाते चाह तैं अपना भनोईया पसंद किया फड़ाया मैं वो धर्म पत्नी इस करके तेरी भैन आ जो कहा ना मैं करतार की धर्म पत्नी शराबे की। गंडा सिंह बेईमान के दिमाग चो धूआ जहा निकल लग गया कहता कितने होर ना भैन तो बन गई कितने भनोईया साहब भी बन जाए ही घबरा गया पिछा न कदम चकन लगे अड़ी ना कोई इन्हें छे गोलियां वाला हाथ पा रखा सी कढ़ के छाती वाल सीधा कर लिया पति हुण नहीं पस सकता कौड़ कौड़ भला तीन गोलियां की आवाज उहदी छाती विच दी नाले कहिंदी है देश भगतां दा भला करना सी देश भगतां दा स्वागत करना सी तू जेल च फड़ाए 5000 पिछे इनाम कोठी मरबे 5000 हुण बिस्तरा बन के नाले लै जी भला मौत की गड्डी है छाती उत्ते खड़ के फिर सोचती है बे हुण मैं लाहौर नहीं जा सकती घंटे बाकी तीन चार है उन्हें छाती उत्ते खड़ के उहदे बयान अपने दे के फिर अपनी छाती वल पिस्तौल सीधा कर लिया सप दे गोली मारी लाश बना के धर ली। शहीद वाले बबान आए सी उड़ के जेल खाने वल वग चली गाहां जेल खाने च बबान जाके रुक गया ते पहाड़ उतरिया करतार सिंह नूं फांसी दे नेड़े लाई खड़े पुछिया विसराबा जी मंग कोई तुहाडी उहनां दीआं दो गल्लां तुहानूं अगे पेश करन लगे आ आ थोड़े जे दान ओह ऐ नहीं बई मर जांदे है ओह तां रोशनी करके जांदे है। करतार सिंह सराबे दे सामने पहौर जा के उतरिया आ इहनूं फांसी दे नेड़े ला छड्डे करतार सिंह नूं कहा अंग्रेज़ां ने वी कोई तेरी अंतम इच्छा ओह कहिंदा बस इहो ही मेरी इच्छा है ਵੀ ਮੇਰੇ ਵਤਨ ਦੀ ਸਦਾ ਚੜ੍ਹਦੀ ਕਲਾ ਮੈਂ ਇਸ ਧਰਤੀ ਤੋਂ ਆਪਣਾ ਆਪਾ ਵਾਰ ਕੇ ਵਤਨ ਤੋਂ ਦੀ ਤੁਰਿਆ ਜਾ ਰਿਹਾ ਜਿਵੇਂ ਮੁਹੰਮਦ ਰਫੀ ਦਾ ਇੱਕ ਗਾਣਾ ਹੈ ਉਹ ਆਹਦਾ ਭਾਵੇਂ ਸਿਰ ਕੱਟ ਜੇ ਲੇਕਿਨ ਹਿਮਾਲੇ ਦਾ ਸਿਰ ਨਹੀਂ ਥੱਲੇ ਨੂੰ ਹੋਣ ਦੇਵਾਂਗੇ। ਆਪਣੇ ਦੋ ਬਿਆਨ ਦੇ ਕੇ ਉੱਧਰੋਂ ਬੀਰੀ ਪਹੁੰਚ ਗਈ ਉਹ ਆਹਦੀ ਕਰਤਾਰ ਸਿੰਘ ਨੂੰ ਤੇਜ਼ੀ ਕਰੋ ਛੇਤੀ ਆਓ ਅਤੇ ਮੈਂ ਜੋ ਬਿਆਨ ਦਿੱਤਾ ਸੀ ਉਹਦੇ ਹਾਜ਼ਰ ਹਾਂ ਬਬਾਨ ਸ਼ਿੰਗਾਰੇ ਅਕਾਲ ਪੁਰਖ ਵਾਹਿਗੁਰੂ ਦੇ ਪਰਖਦ ਆਏ ਹੈ ਮੈਂ ਤੁਹਾਡੇ ਨਾਲ ਹੀ ਸੱਚਖੰਡ ਜਾਵਾਂਗੀ ਤੇਰੇ ਵੈਰੀ ਦਾ ਖਾਤਮਾ ਕਰਕੇ
मैं तुहाडे बाएं अंग आ। करतार सिंह कहिंदे उठ के आवाज पछाण के आसे पासे वेखण लग्गिया मैं दिखाई तां किते दिंदी नहीं आवाज बीरी दे ओ आदे बीरी तेरी रूह नहीं नदरी आ रही ਉਹ ਆਦੀ ਹੁਣ ਇਸ ਧਾਣੀ ਰੂਹ ਦਿਖਦੀ ਤੇ ਰੂਹ ਸਦਾ ਵਾਸਤੇ ਸੱਚਖੰਡ ਦੀਆਂ ਬਹਾਰਾਂ 'ਚ ਰਹੇਗੀ ਲੇਕਿਨ ਇਹ ਵੀ ਠੀਕ ਹੈ ਉੱਥੇ ਮਰਦ ਔਰਤ ਵੀ ਹੈ ਨਹੀਂ ਉੱਥੇ ਇੱਕ ਪ੍ਰੇਮ ਦੀ ਝਲਕ ਹੈ ਪੈਮਾਨੇ ਖੁਸ਼ੀਆਂ ਦੇ ਹੈ ਬੀਰੀ ਨੇ ਕਰਤਾਰ ਸਿੰਘ ਦੀ ਮੌਤ ਤੋਂ ਪਹਿਲਾਂ ਪਹਿਲਾਂ ਉਹਦੇ ਮੌਤ ਦਾ ਗਮ ਦੂਰ ਕਰਤਾ ਮੌਤ ਦਾ ਗਮ ਤਾਂ ਹੈ ਹੀ ਨਹੀਂ ਸੀ ਪਹਿਲਾਂ ਲੇਕਿਨ ਹੋਰ ਵੀ ਦੱਸਤਾ ਵੀ ਅਕਾਲ ਪੁਰਖ ਦਾ ਦਰ ਕਿਤੇ ਹੈ ਨਜ਼ਰੀ ਆਉਣ ਲੱਗ ਤਾ ਜਿਉਂਦੇ ਜਿਉਂਦੇ ਨੂੰ ਮੈਂ ਬੀਰੀ ਹਾਜ਼ਰ ਹੈ ਫਿਰ ਕਹਿੰਦੇ ਗੀਤ ਗਾਉਂਦੇ ਦੋਵੇਂ ਫਾਂਸੀ ਦਾ ਕੀ ਹੈ ਉਹ ਤਾਂ ਮੌਤ ਦਾ ਖੂਹ ਜਿਹਾ ਹੁੰਦਾ ਇੱਕ ਉਹਦੇ ਫੱਟ ਲੱਗੇ ਹੁੰਦੇ ਹੈ ਬੰਦੇ ਨੂੰ ਉੱਤੇ ਚੜ੍ਹਾ ਲੈਂਦੇ ਹੈ ਉੱਥੋਂ ਤੰਦੀ ਆ ਕੇ ਗਲ 'ਚ ਪਾ ਦਿੰਦੇ ਹੈ ਉਹ ਥੱਲਿਓਂ ਫੱਟ ਖੂਹ ਜਿਹਾ ਬਣਾਇਆ ਉਹ 'ਚ ਜਾ ਗਿਰਦੇ ਹੈ ਆਸੇ ਪਾਸੇ ਝੂਟਾ ਆਉਂਦਾ ਫਿਰ ਮੌਤ ਦਾ ਭਾਈ ਵਤਨ ਦੀ ਭੇਟਾ ਸਾਡੇ ਪਿੱਛੇ ਪਹਿਲਾਂ ਹੋਇਆ ਤਾਂ ਕਰਤਾਰ ਸਿੰਘ ਸਰਾਭਾ ਹੋਇਆ ਉਹਦੇ ਪਿੱਛੋਂ ਪਰਮਾਨੰਦ ਮਥੁਰਾ ਸਿੰਘ ਜਗਤ ਸਿੰਘ ਹਰਨਾਮ ਸਿੰਘ ਜਾਣੀ ਰਹਿਮਤ ਅਲੀ ਵਜ਼ੀਦ ਕਹਿੰਦਾ ਔਰ ਇਹ ਸਾਰਿਆਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਜਿਹੜੇ ਸੱਤ ਫਾਂਸੀ ਦੇ ਤਖਤੇ 'ਤੇ ਆਏ 23 ਕਾਲੇ ਪਾਣੀ ਗਏ ਬਾਕੀ ਕੈਦੀ ਹੋਏ ਇੱਕ ਨਿਧਾਨ ਸਿੰਘ ਚੁੱਗੇ ਕਲਾਂ ਦਾ ਉਹਦੀ ਲੱਤ ਵੱਢੀ ਸੀ ਗੋਰਿਆਂ ਨੇ ਉਹਦੇ ਪਿੰਡ ਸੀ ਗਾ ਕੇ ਆਉਂਦੇ ਹੁੰਦੇ ਆ ਨਿਧਾਨ ਸਿੰਘ ਦੇ ਉਹਦੀ ਵਰਸੀ ਮਨਾਉਂਦੇ ਆ ਲੋਕ ਉਹ ਇਹੋ ਜਿਹਾ ਬਾਬਾ ਸੀ ਸਿੱਖ ਨਿਧਾਨ ਸਿੰਘ ਅੰਗਰੇਜ਼ਾਂ ਨੇ ਲੱਤ ਵੱਢਦੀ ਸੀ ਵੀ ਇਹ ਲੋਕਾਂ ਨੂੰ ਜਾ ਕੇ ਸੂਚਿਤ ਨਾ ਕਰੇ ਦੋ ਸਿਪਾਹੀ ਉਹਦੇ ਪਹਿਰੇ ਉੱਤੇ ਹੁੰਦੇ ਸਿਪਾਹੀਆਂ ਨੂੰ ਇਹ ਹੁਕਮ ਹੁੰਦਾ ਵੀ ਤੁਸੀਂ ਬਾਬੇ ਤੋਂ 10 ਗਜ਼ ਤੱਕ ਰਹੋਗੇ 12 ਗਜ਼ ਨਹੀਂ ਜਾ ਸਕਦੇ ਐ ਨੇੜੇ ਰਹਿਓ ਰਾਤ ਦਿਨ ਕਹੋਗੇ ਕੁਛ ਨਹੀਂ ਜਿੱਥੇ ਮਰਜ਼ੀ ਜਾਵੇ ਰੋਕ ਨਹੀਂ ਸਕਦੇ ਹੱਥ ਨਹੀਂ ਲਾ ਸਕਦੇ ਬਾਬੇ ਦੀ ਡਿਊਟੀ ਦੋ ਸਿਪਾਹੀ ਹੁੰਦੇ ਵੀ ਇਹ ਤੋਂ 10 ਗਜ਼ ਨੇੜੇ ਰਹਿਣਾ ਇੱਧਰ ਦੂਰ ਨਹੀਂ ਜਾਣਾ ਕਹਿੰਦਾ ਬਾਬਾ ਪੱਕਾ ਸੀ ਉਹ ਸਾਨੂੰ ਦੱਸਦੇ ਲੋਕ ਉੱਥੋਂ ਦੇ ਵੀ ਗੁਟਕਾ ਲੈਂਦਾ ਚੱਕ ਜਪਜੀ ਸਾਹਿਬ ਵਾਲਾ ਹਾੜ ਦੇ ਮਹੀਨੇ ਟਿੱਬਿਆਂ 'ਤੇ ਜਾ ਕੇ ਚੜ੍ਹ ਜਾਂਦਾ ਸਿਪਾਹੀ ਨੇੜੇ ਰਹਿੰਦੇ 10 ਗਜ਼ ਤੋਂ ਦੂਰ ਨਹੀਂ ਜਾ ਸਕਦੇ ਸੀ ਉਹ ਉੱਥੇ ਬਹਿੰਦੇ ਜਿੱਥੇ 4-4 ਕਿੱਲੇ ਦਰਖਤ ਨਾ ਹੁੰਦਾ ਕੋਈ ਸਮਾਧੀ ਲਾ ਕੇ ਬਾਬਾ ਨਿਧਾਨ ਸਿੰਘ ਜੀ ਬਹਿ ਜਾਂਦੇ ਫਿਰ ਜਪਜੀ ਸਾਹਿਬ ਦਾ ਪਾਠ ਕਰਦੇ ਸਿਪਾਹੀ ਹਾੜੇ ਕੱਢਦੇ ਬਾਬਾ ਜੀ ਦੇਖੋ ਨੇੜੇ ਤਾਂ ਆ ਜਾਓ ਸ਼ੌਚ ਤਾਂ ਆ ਜਾਓ ਉਹਦਾ ਨਹੀਂ ਵੀ ਸਾਡਾ ਸੂਰਤੀ ਅਕਾਲ ਪੁਰਖ ਲੜਨ ਲੱਗੀ ਹੈ ਸਿਪਾਹੀ ਹਾੜੇ ਕੱਢ ਕੇ 15 ਦਿਨਾਂ ਬਾਅਦ ਬਦਲੀ ਕਰਵਾ ਕੇ ਤੁਰ ਜਾਂਦੇ ਉਹਦੇ ਇਹੋ ਜਿਹੇ ਦੇਸ਼ ਭਗਤਾਂ ਜਿਹੜੇ ਇਤਿਹਾਸ ਹੈ ਗੁਰਮੁਖੋ ਉਹ ਸਾਡੇ ਵਤਨ ਦੀ ਪਾਰਟੀ ਸੀ ਇਨਕਲਾਬੀਆਂ ਦੀ ਜਿਹੜੇ ਗਦਰੀ ਸੀ ਭਾਈ ਉਹ ਭਾਵੇਂ ਵਤਨ ਤੋਂ ਤੁਰ ਗਏ ਉਹਦੀ ਯਾਦ ਤਾਜ਼ੀ ਹੈ ਮੈਨੂੰ ਹੁਕਮ ਦਿੱਤਾ ਵੀਰਾਂ ਨੇ ਅਸੀਂ ਕਰਤਾਰ ਸਿੰਘ ਸਰਾਭੇ ਦੇ ਇਤਿਹਾਸ ਸੁਣਨੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਭਰਾਵੋ ਨਾ ਤਾਂ ਵਿਦਵਾਨ ਹਾਂ ਨਾ ਕੁਛ ਜਾਣਦਿਆਂ ਤੁਹਾਡੇ ਦਾਸ ਹਾਂ ਜੈਸੇ ਹਾਂ ਇਸ ਅਸੀਂ ਸਾਰੀ ਕਮੇਟੀ ਦਾ ਨਗਰ ਵਾਸੀਆਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਸਾਨੂੰ ਭਾਈ ਦਰਸ਼ਨ ਦਿੱਤੇ ਹੁਣ ਅਸੀਂ ਆਗਿਆ ਚਾਹਾਂਗੇ ਜਿਉਂਦੇ ਰਹੇ ਕਿਤੇ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।